ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅਜਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਇੱਕ ਬਾਰੀ ਫਿਰ ਸਵਾਗਤ ਕਰਦੀ ਆਈ نو ਆਈ ਹੋਏ ਸੈਡ ਬਟ ਮੈਨੂੰ ਤੁਹਾਡੇ ਨਾਲ ਲਾਈਵ ਜੁੜ ਕੇ ਬਹੁਤ ਹੀ ਵਧੀਆ ਲੱਗਦਾ ਹੈ ਜਰੂਰ ਅੱਜ ਕਾਲ ਕਰਕੇ ਸਾਡੇ ਨਾਲ ਜੁੜੋ ਬਿਕੋਜ਼ ਬਹੁਤ ਹੀ ਇੰਪੋਰਟੈਂਟ ਟੌਪਿਕ ਤੁਹਾਡੇ ਲੈ ਕੇ ਬੜੀ ਫਿਰ ਲਾ ਕੇ ਹਾਜ਼ਰ ਹੋਇਆ ਆ ਅ ਵਕਫਾ ਕੁਝ ਅਪਡੇਟਸ ਹੈਗੀਆਂ ਬਿਫੋਰ ਮੈਂ ਅੱਜ ਜੋ ਸਾਡਾ ਮੇਨ ਮੁੱਦਾ ਹੋਏਗਾ ਉਹਦੇ ਬਾਰੇ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂ ਅ ਇਨ ਦਾ ਯੂਨਾਈਟਿਡ ਸਟੇਟਸ ਕਪਲ ਆਫ ਅਪਡੇਟਸ ਅਮ ਅਗਰ ਤੁਸੀਂ ਇੱਥੇ ਰਹਿੰਦੇ ਹੋ ਇੱਥੇ ਨਾਰਥ ਅਮਰੀਕਾ ਵਸਦੇ ਹੋ ਆਫ ਕੌਰਸ ਸੀਡੀਸੀ ਦੀ ਜੋ ਗਾਈਡਲਾਈਨਸ ਹੈਗੀਆਂ ਮਾਸਕਸ ਨੂੰ ਲੈ ਕੇ ਕਿ ਤੁਸੀਂ ਮਾਸਕ ਲਾ ਸਕਦੇ ਹੋ ਨਹੀਂ ਲਾ ਸਕਦੇ ਉਹਦੇ ਕਰਕੇ ਕਾਫੀ ਕਨਫਿਊਜ਼ਨ ਹੋ ਰਿਹਾ ਹੈ ਅਮ ਇਸ ਨਿਊਜ਼ ਜੋ ਸੀਡੀਸੀ ਨੇ ਪਿਛਲੇ ਹਫਤੇ ਅਨਾਉਂਸ ਕੀਤੀ ਸੀ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਇੱਕ ਪਾਸੇ ਇਹ ਇੱਕ ਗੁੱਡ ਨਿਊਜ਼ ਹੈਗੀ ਕਿ ਹੁਣ ਫਾਈਨਲ ਯੂਨਾਈਟਿਡ ਸਟੇਟਸ ਵਿੱਚ ਏਟਲੀਸਟ ਅਮ ਚੀਜ਼ਾਂ ਕੁਝ ਨਾਰਮਲ ਡਾਇਰੈਕਸ਼ਨ ਦੇ ਪਾਸੇ ਤੁਰੇ ਰਹੀ ਆ ਇਸ ਗਾਈਡ ਗਾਈਡੈਂਸ ਤੋਂ ਬਾਅਦ ਇਸ ਐਡਵਾਈਜ਼ਮੈਂਟ ਤੋਂ ਬਾਅਦ ਵਕ ਵਕ ਪ੍ਰਾਈਵੇਟ ਬਿਜ਼ਨੈਸਸ ਨੇ ਕਿਹਾ ਹੈ ਕਿ ਅਗਰ ਉਸ ਸਟੇਟ ਦੇ ਵਿੱਚ ਜਾਂ ਉਸ ਕਾਉਂਟੀ ਦੇ ਵਿੱਚ ਮਾਸਕ ਦਾ ਕੋਈ ਅਫੀਸ਼ੀਅਲ ਮੈਂਡੇਟ ਨਹੀਂ ਹੈਗਾ ਤੇ ਉਹ ਬਿਜ਼ਨੈਸਸ ਮਾਸਕਸ ਦੀ ਮਤਲਬ ਤੁਹਾਨੂੰ ਖੁੱਲੀ ਛੂਟ ਦੇਣਗੇ ਤੁਸੀਂ ਪਾਣਾ ਹੈ ਪਾਉ ਨਹੀਂ ਪਾਣਾ ਨਾ ਪਾਉ ਟਾਰਗੇਟ ਜੋ ਬਹੁਤ ਵੱਡੀ ਸਟੋਰਾਂ ਦੀ ਚੇਨ ਹੈਗੀ ਉਹਨਾਂ ਦੇ ਵਿੱਚੋਂ ਇੱਕ ਹੈਗੀ ਆਮ ਇਨਕਲੂਡਿੰਗ ਆ ਮੀਨ ਇਹ ਤਾਂ ਚਲੋ ਸਪੋਰਟ ਦੀ ਗੱਲ ਹੈ ਦੂਜੇ ਪਾਸੇ ਯੂਨਾਈਟਿਡ ਸਟੇਟਸ ਵਿੱਚ ਜੋ ਸਭ ਤੋਂ ਵੱਡੀ ਨਰਸਸ ਯੂਨੀਅਨ ਯਾਨੀ ਹੈਗੇ ਨਰਸਸ ਹੈ ਜੋ ਸਭ ਤੋਂ ਵੱਡਾ ਗਰੁੱਪ ਹੈਗਾ ਇਸ ਕੰਟਰੀ ਦੇ ਵਿੱਚ ਉਹਨਾਂ ਨੇ ਇਸ ਸੀਡੀਸੀ ਦੀ ਗਾਈਡਲਾਈਨ ਦੇ ਖਿਲਾਫ ਆਪਣੀ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਇਹ ਕਿਹਾ ਕਿ ਹਲੇ ਬਹੁਤ ਸੂਨ ਹੈ ਹੋਰ ਲੋਕਾਂ ਨੂੰ ਵੈਕਸੀਨੇਸ਼ਨ ਲਵਾਉਣੀ ਚਾਹੀਦੀ ਹੈ ਬਿਫੋਰ ਵੀ ਗੈਟ ਇੰਟੂ ਦਿਸ ਅਮ ਵੈਕਸੀਨੇਸ਼ਨ ਨੂੰ ਲੈ ਕੇ ਕੁਝ ਨਵੀਂ ਅਪਡੇਟਸ ਤੁਹਾਡੇ ਲਈ ਅੱਜ ਹੀ ਨਵੇਂ ਨੰਬਰ ਸਾਨੂੰ ਦੱਸਦੇ ਹੈ ਕਿ ਲਗਭਗ 60% ਆਫ 올 ਅਮਰੀਕਨਸ ਨੂੰ ਐਟਲੀਸਟ ਇੱਕ ਡੋਜ਼ ਲੱਗ ਚੁੱਕੇ ਹੈ ਸੋ ਆਫ ਕਰਸ ਥਿੰਗਸ ਆਰ 무ਵਿੰਗ ਇਨ ਦਾ ਰਾਈਟ ਡਾਇਰੈਕਸ਼ਨ ਅਮ ਅਗਰ ਅਪਾ ਇੰਡੀਆ ਦੀ ਗੱਲ ਕਰੀਏ ਇੱਕ ਬਹੁਤ ਵੱਡਾ ਸਾਈਕਲੋਨ ਉਨਾ ਨੂੰ ਹਿੱਟ ਕਰ ਰਿਹਾ ਹੈ ਖਾਸ ਕਰਕੇ ਮੁੰਬਈ ਤੇ ਗੁਜਰਾਤ ਵਾਲੇ ਪਾਸੇ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕਿਸ ਤਰ੍ਹਾਂ ਦਾ ਡੈਮੇਜ ਇਹ ਇੰਡੀਆ ਵਿੱਚ ਲੈ ਕੇ ਆਉਂਦਾ ਹੈ ਯੂ نو ਇੰਡੀਆ ਨੂੰ ਲੈ ਕੇ ਤਾਂ ਬੰਦੇ ਦਾ ਦਿਲ ਹੀ ਦੁਖਦਾ ਹੈ ਕਿ ਇੱਕ ਪਾਸੇ ਕੋਵਿਡ ਮਹਾਮਾਰੀ ਨੇ ਕਿਸ ਤਰ੍ਹਾਂ ਦੀ ਹਾਲਾਤ ਬਣਾਈ ਹੋਈ ਹੈ ਉੱਥੇ ਹੁਣ ਇਹੋ ਜਿਹਾ ਸਾਈਕਲੋਨ ਹੋਰ ਵੀ ਚੀਜ਼ਾਂ ਨੂੰ ਖਰਾਬ ਕਰੂਗਾ ਡੈਮੇਜ ਕਾਜ਼ ਕਰੂਗਾ ਐਸੈਂਸ਼ੀਅਲ ਸਰਵਿਸਿਜ਼ ਨੂੰ ਰੋਕੂਗਾ ਸੋ ਇਹਦੇ ਤੇ ਜ਼ਰੂਰ ਸਾਡੀ ਨਜ਼ਰ ਰਹੂਗੀ ਕਿਸ ਤਰ੍ਹਾਂ ਇਹ ਸਾਈਕਲੋਨ ਅਫੈਕਟ ਕਰਦਾ ਹੈ ਖਾਸ ਕਰਕੇ ਉਹਨ ਏਰੀਆਜ਼ ਗੁਜਰਾਤ ਮੁੰਬਈ ਜਿੱਥੇ ਆਲਰੇਡੀ ਕੋਵਿਡ ਦਾ ਕਾਫੀ ਫੈਲਾਵ ਸਾਨੂੰ ਵੇਖਣ ਨੂੰ ਮਿਲ ਰਿਹਾ ਸੀ ਬਟ ਓਵਰ ਆਲ ਮੈਂ ਮੈਂ ਤੇ ਇਹ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਕੋਵਿਡ ਨੂੰ ਲੈ ਕੇ ਅਮ ਲੱਗਦਾ ਹੈ ਕਿ ਹੌਲੀ-ਹੌਲੀ ਇੰਡੀਆ ਦੇ ਵਿੱਚ ਵੀ ਥੋੜਾ ਜਿਹਾ ਠਹਿਰਾਵ ਆ ਰਿਹਾ ਹੈ ਜਿਸ ਤਰ੍ਹਾਂ ਨੰਬਰਸ ਵੱਧ ਰਹੇ ਸੀ ਅਮ ਉਹ ਹਾਲਾਤ ਹੁਣ ਇੰਨੀ ਜ਼ਿਆਦਾ ਨਹੀਂ ਵੇਖਣ ਨੂੰ ਮਿਲ ਰਹੀ ਅਮ ਲੱਗਦਾ ਹੈ ਕਿ ਕੁਝ ਕਾਮ ਡਾਊਨ ਹੋ ਰਿਹਾ ਹੈ ਸ਼ਾਇਦ ਇਹ ਇੰਟਰਨੈਸ਼ਨਲ ਕਮਿਊਨਿਟੀ ਦੀ ਅਫਰਟਸ ਕਰਕੇ ਸ਼ਾਇਦ ਫਾਈਨਲੀ ਇੰਡੀਆ ਦੇ ਵਿੱਚ ਜੋ ਇਨਫਰਾਸਟ੍ਰਕਚਰ ਜੋ ਸਿਸਟਮ ਹੈ ਉਹ ਇੱਕ ਕਿਸਮ ਦੀ ਮਤਲਬ ਤੁਸੀਂ ਕਹਿ ਲੋ ਕੈਚ ਅਪ ਪਲੇ ਕਰ ਰਿਹਾ ਹੈ ਅਮ ਇਸ ਮਹਾਮਾਰੀ ਦੇ ਨਾਲ ਤੇ ਹੈਲਥ케ਅਰ ਸਿਸਟਮ ਵੀ ਸ਼ਾਇਦ ਥੋੜਾ ਜਿਹਾ ਸਾਲ ਲੈ ਰਿਹਾ ਹੁਣ ਕਿ ਕਿਸ ਤਰ੍ਹਾਂ ਲੋਕਾਂ ਨੂੰ ਟੈਸਟ ਕਰਨਾ ਹੈ ਟ੍ਰੀਟ ਕਰਨਾ ਹੈ ਤੇ ਕਿਸ ਤਰ੍ਹਾਂ ਆਕਸੀਜਨ ਤੇ ਦਵਾਈਆਂ ਦੀ ਜੋ ਕਮੀ ਪੈ ਰਹੀ ਸੀ ਉਸ ਚੀਜ਼ ਦੇ ਨਾਲ ਡੀਲ ਕਰਨਾ ਹੈ ਰਾਈਟ ਅਮ ਬਟ ਆਫ ਕੋਰਸ ਇੰਡੀਆ ਨੂੰ ਲੈ ਕੇ ਅੱਜ ਮੈਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਆ ਤੇ ਇੰਡੀਆ ਦਾ ਕੀ ਰੋਲ ਹੈ ਖਾਸ ਕਰਕੇ ਜਿੱਥੇ ਜੀਓਪੋਲਿਟਿਕਸ ਦੁਨੀਆ ਦੇ ਵੱਖ-ਵੱਖ ਮੈਂ ਕਵਾਂਗੀ ਗੰਭੀਰ ਏਰੀਆਜ਼ ਜਿਨ੍ਹਾਂ ਦੇ ਵਿੱਚ ਵਾਇਲੈਂਸ ਵੇਖਣ ਨੂੰ ਮਿਲ ਰਿਹਾ ਹੈ ਉਹਦੇ ਵਿੱਚ ਇੰਡੀਆ ਦਾ ਕੀ ਰੋਲ ਹੋਣਾ ਚਾਹੀਦਾ ਹੈ ਖਾਸ ਕਰਕੇ ਇੰਡੀਆ ਦੀ ਡਿਪਲੋਮੇਸੀ ਦਾ ਯੂ ਨੋ ਹਰ ਇੱਕ ਕੰਟਰੀ ਨੂੰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਦੋ ਹਥਿਆਰ ਹੁੰਦੇ ਆ ਇੱਕ ਉਹਨਾਂ ਦੀ ਟ੍ਰੈਡੀਸ਼ਨਲ ਆਰਮੀ ਜੋ ਜਾ ਕੇ ਸਰਹੱਦ ਤੇ ਜਾਂ ਕਿਸੇ ਕੌਨਫਲਿਕਟ ਜ਼ੋਨ ਦੇ ਵਿੱਚ ਟ੍ਰੈਡੀਸ਼ਨਲ ਹਥਿਆਰਾਂ ਦੇ ਨਾਲ ਲੜਾਈ ਲੜਦੀ ਹੈ ਪਰ ਦੂਜੇ ਪਾਸੇ ਜਿਸ ਤਰਫ ਤੁਹਾਡੇ ਇੱਕ ਪਾਸੇ ਤੁਹਾਡੇ ਮਿਲਟਰੀ ਸਰਵਿਸਿਜ਼ ਤੁਹਾਡੇ ਆਰਮ ਸਰਵਿਸਸ ਤੁਹਾਡੀ ਆਰਮੀ ਹੈਗੀ ਆਮ ਦੂਜੇ ਪਾਸੇ ਤੁਹਾਡੇ ਡਿਪਲੋਮੈਟਸ ਹੁੰਦੇ ਆ ਤੇ ਡਿਪਲੋਮੇਸੀ ਕਿਸ ਤਰ੍ਹਾਂ ਉਹੀ ایریاز ਦੇ ਵਿੱਚ ਜਿੱਥੇ ਵੱਡੀ ਕਨਫਲਿਕਟ ਵੱਡਾ ਵਾਇਲੈਂਸ ਵੇਖਣ ਨੂੰ ਮਿਲ ਰਿਹਾ ਉਥੇ ਡਿਪਲੋਮੇਸੀ ਕੀ ਰੋਲ ਪਲੇ ਕਰ ਸਕਦੀ ਹੈ ਆਫਕੋਰਸ ਅੱਜ ਦੀ ਡੇਟ ਦੇ ਵਿੱਚ ਪੂਰੀ ਦੁਨੀਆ ਦੀ ਨਜ਼ਰ ਗਾਜ਼ਾ ਇਜ਼ਰਾਈਲ ਪੈਲੇਸਟਾਈਨ ਕਨਫਲਿਕਟ ਤੇ ਟਿੱਕੀ ہوئی ਹੈ ਆਮ ਡੈਥ ਟੋਲ ਹੋਰ ਇਨਕਰੀਸ ਹੋ ਰਿਹਾ ਦਿਨ ਬਦ ਦਿਨ ਸਿਵਿਲਿయన్స్ ਬੱਚੇ ਆਮ ਰੈਗੂਲਰ ਫੋਲਕਸ ਆਮ ਉਹਨਾਂ ਦੀ ਮੌਤਾਂ ਵਾਰੇ ਸੁਣ ਕੇ ਇਟਸ ਇਟਸ ਹਾਰਟ ਬ੍ਰੇਕਿੰਗ ਨਿਊਜ਼ ਆਮ ਜਿਸ ਤਰ੍ਹਾਂ ਤੁਹਾਨੂੰ ਪਿਛਲੇ ਹਫਤੇ ਵੀ ਦੱਸਿਆ ਸੀ ਆਮ 2014 ਤੋਂ ਬਾਅਦ ਲੈ ਕੇ ਇਹ ਕਨਫਲਿਕਟ ਸਭ ਤੋਂ ਵਰਸਟ ਸਾਨੂੰ ਰੀਸੈਂਟ ਟਾਈਮ ਵਿੱਚ ਵੇਖਣ ਨੂੰ ਮਿਲ ਰਹੀ ਹੈ ਅਮ ਪਿਛਲੇ ਹਫਤੇ ਤੁਹਾਨੂੰ ਥੋੜਾ ਜਿਹਾ ਦੱਸਿਆ ਸੀ ਕਿ ਇਸ ਚੀਜ਼ ਦੀ ਸ਼ੁਰੂਆਤ ਇੱਕ ਵਾਰੀ ਫਿਰ ਕਿਸ ਤਰ੍ਹਾਂ ਹੋਈ ਅਮ ਸ਼ੇਖ ਜਰਾ ਇੱਕ ਏਰੀਆ ਹੈਗਾ ਜਰੂਸਲਮ ਦੇ ਵਿੱਚ ਜਰੂਸਲਮ ਜੋ ਟੈਰੀਟਰੀ ਹੈ ਉਹ ਬਹੁਤ ਡਿਸਪਿਊਟਡ ਹੈ ਉਸ ਜਰੂਸਲਮ ਦੀ ਟੈਰੀਟਰੀ ਦੇ ਵਿੱਚ ਸ਼ੇਖ ਜਰਾ ਇੱਕ ਇਹੋ ਜੀ ਕਲੋਨੀ ਹੈਗੀ ਜਿਹਦੇ ਵਿੱਚ ਅਮ ਅਰਬ ਫੈਮਿਲੀਜ਼ ਰਹਿੰਦੀਆਂ ਹਨ ਉਹਨਾਂ ਨੂੰ ਜੂਇਸ਼ ਸੈਟਲਰਸ ਰਿਮੂਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਬਹੁਤ ਹੀ ਪੁਰਾਣਾ ਲੈਂਡ ਲਾਅ ਲੈ ਕੇ ਕਿ ਇੱਕ ਕਾਨੂੰਨ ਪੁਰਾਣੇ ਸਮੇਂ ਤੋਂ ਚਲਦਾ ਆ ਰਿਹਾ ਜੋ ਟੈਕਨੀਕਲੀ ਉਹਨ ਐਰਬ ਫੈਮਲੀਆਂ ਨੂੰ ਹਾਊਸਿੰਗ ਗਾਰੰਟੀ ਨਹੀਂ ਕਰਦਾ ਕਿ ਉੱਥੇ ਜੂਇਸ਼ ਸੈਟਲਰਸ ਆ ਕੇ ਕਬਜ਼ਾ ਕਰ ਸਕਦੇ ਤੇ ਇਸ ਚੀਜ਼ ਨੂੰ ਲੈ ਕੇ ਇੱਕ ਬੜੀ ਫਿਰ ਕਨਫਲਿਕਟ ਸ਼ੁਰੂ ਹੋਇਆ ਹੈ ਪਿਛਲੇ 2 ਹਫਤਿਆਂ ਤੋਂ ਸਾਨੂੰ ਲਗਾਤਾਰ ਬੌਮਿੰਗ ਵੇਖਣ ਨੂੰ ਮਿਲ ਰਹੀ ਹੈ ਦੋਨੋਂ ਸਾਈਡਸ ਤੋਂ ਬਟ ਆਫਕੋਰਸ ਇੱਕ ਸਾਈਡ ਤੇ ਜ਼ਿਆਦਾ ਡੈਥਸ ਜ਼ਿਆਦਾ ਕੈਜੂਐਲਟੀਆਂ ਤੁਸੀਂ ਕਹਿ ਸਕਦੇ ਹੋ ਅਗਰ ਆਪਾਂ ਗਾਜ਼ਾ ਸਟ੍ਰਿਪ ਦੀ ਗੱਲ ਕਰੀਏ ਜਿੱਥੇ ਅਰਬਸ ਰਹਿੰਦੇ ਆ ਇਸ ਵੀਕਐਂਡ ਹੀ ਗਾਜ਼ਾ ਸਟ੍ਰਿਪ ਦੇ ਵਿੱਚ 200 ਡੈਥਸ ਤੇ ਉਹਨਾਂ ਦੇ ਵਿੱਚੋਂ 58 ਚਿਲड्रन ਦੀ ਰਿਪੋਰਟ ਲਿਖ ਲਈ ਹੈ ਐਂਡ ਆਫਕੋਰਸ ਅਨਫੀਸ਼ਲ ਨੰਬਰਸ ਸੁਨਨੂ ਮਿਲ ਰਿਹਾ ਕਿ ਸ਼ਾਇਦ ਇਹ ਤੋਂ ਵੀ ਜ਼ਿਆਦਾ ਹੋਣ ਇਸ ਏਰੀਆ ਦੇ ਵਿੱਚ ਆਫਕੋਰਸ ਇੱਕ ਮੀਡੀਆ ਪਰਸਨਲ ਹੋਣ ਦੇ ਨਾਤੇ ਸਾਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਇੱਕ ਮੀਡੀਆ ਬਿਲਡਿੰਗ ਜਿਹਦੇ ਵਿੱਚ ਅਲ ਜਜ਼ੀਰਾ ਬੀਬੀਸੀ ਐਸੋਸੀਏਟਿਡ ਪ੍ਰੈਸ ਦੇ ਆਫਿਸਸ ਸੀਗੇ ਉਸ ਬਿਲਡਿੰਗ ਨੂੰ ਵੀ ਟਾਰਗੇਟ ਕਰਕੇ ਬੋਮਬ ਕੀਤਾ ਗਿਆ ਇਜ਼ਰਾਈਲੀ ਫੋਰਸਿਜ਼ ਨੇ ਕਿਹਾ ਕਿ ਉਸ ਬਿਲਡਿੰਗ ਦੇ ਵਿੱਚ ਹਮਾਸ ਦੇ ਕੁਝ ਆਪਰੇਟਿਵ ਸੀਗੇ ਇਸ ਕਰਕੇ ਉਸ ਬਿਲਡਿੰਗ ਨੂੰ ਟਾਰਗੇਟ ਕੀਤਾ ਗਿਆ ਨਾ ਕਿ ਕਿਉਂਕਿ ਉੱਥੇ ਮੀਡੀਆ ਆਫਿਸਸ ਸੀ ਬਟ ਵਾਂਸ ਅਗੇਨ ਜੋ ਇੰਟਰਨੈਸ਼ਨਲ ਕਮਿਊਨਿਟੀ ਹੈ ਖਾਸ ਕਰਕੇ ਜਰਨਲਿਸਟ ਦੀ ਕਮਿਊਨਿਟੀ ਉਹ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਐਡਵਰਸਲੀ ਰਿਐਕਟ ਕਰ ਰਿਹਾ ਹੈ ਦੁਨੀਆ ਇਸ ਵੇਲੇ ਵੰਡੀ ਹੋਈ ਹੈ ਇੱਕ ਪਾਸੇ ਤੁਸੀਂ ਕਹਿ ਲਓ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਅਮਰੀਕਾ ਜੀ ਦੀ ਜੋ ਟ੍ਰੈਜੈਕਟਰੀ ਰਹੀ ਹੈ ਉਹ ਡਟ ਕੇ ਇਜ਼ਰਾਈਲ ਨੂੰ ਕਹਿੰਦੇ ਕਿ ਇਜ਼ਰਾਈਲ ਦਾ ਰਾਈਟ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਬਟ ਦੂਜੇ ਪਾਸੇ ਲੋਕੀ ਜੋ ਪੈਲੇਸਟਿਨিয়ান ਕੌਜ਼ ਨੂੰ ਸਪੋਰਟ ਕਰਦੇ ਆ ਉਹ ਇਹ ਕਹਿ ਰਹੇ ਆ ਕਿ ਪੈਲੇਸਟਿਨIANS ਨੂੰ ਰਾਈਟ ਹੈ ਸਰਵਾਈਵ ਕਰਨ ਦਾ ਸੋ ਇਸ ਚੀਜ਼ ਦੇ ਵਿੱਚ ਕਾਫੀ ਬੈਕ ਐਂਡ ਫੋਰਟ ਚੱਲ ਰਹੀ ਹੈ ਬਟ ਜੋ ਅੱਜ ਦਾ ਸਾਡਾ ਮੇਨ ਮੁੱਦਾ ਹੈ ਉਹ ਇਹ ਹੀ ਹੈ ਕਿ ਇੰਡੀਆ ਇਸ ਚੀਜ਼ ਵਿੱਚ ਕਿਸ ਤਰ੍ਹਾਂ ਫੈਕਟਰ ਹੁੰਦਾ ਹੈ ਇਸ ਵੀਕਐਂਡ ਯੂਨਾਈਟਿਡ ਨੇਸ਼ਨਜ਼ ਦੀ ਸਕਿਉਰਿਟੀ ਕਾਉਂਸਲ ਦੀ ਇੱਕ ਸੈਸ਼ਨ ਕਨਵੀਨ ਹੋਇਆ ਜਦੇ ਵਿੱਚ ਵੱਖ-ਵੱਖ ਵਰਲਡ ਲੀਡਰਸ ਨੇ ਆ ਕੇ ਆਪਣੀ ਤੁਸੀਂ ਕਹਿ ਲਓ ਇਨਸਿਸਟੈਂਸ ਦਿਖਾਈ ਕਿ ਕਿਸ ਤਰ੍ਹਾਂ ਇਸ ਕੌਨਫਲਿਕਟ ਨੂੰ ਰਿਜ਼ੋਲਵ ਕੀਤਾ ਜਾਏ ਕਮ ਸੇ ਕਮ ਇੱਕ ਸੀਜ਼ਫਾਇਰ ਕੀਤੀ ਜਾਏ ਤਾਂ ਕਿ ਲੋਕਾਂ ਦੀ ਡੈਥਸ ਦਾ ਨਾ ਹੋਣ ਸਿਵਿਲਿਅਨ ਦੀ ਜਾਨਾਂ ਦਾ ਨਾ ਜਾਣ ਆਮ ਤੈ ਇਸ ਸੈਸ਼ਨ ਦੇ ਵਿੱਚ इंडिया ਦੇ ਪਰਮਨੈਂਟ ਰੈਪਰੈਜ਼ੈਂਟੇਟਿਵ ਯੂनाइटेड ਨੇਸ਼ਨਸ ਦੇ ਵਿੱਚ ਐਮਬੈਸਡਰ टी एस ਤਿਰੂਮੁਰਤੀ ਨੇ ਆਪਣੀ ਸਟੇਟਮੈਂਟ دی ਬਟ ਇਹ ਸਟੇਟਮੈਂਟ ਬਹੁਤ ਹੀ ਕੰਟ੍ਰੋਵਰਸ਼ੀਅਲ ਬਹੁਤ ਇੰਟਰਸਟਿੰਗ ਸੀ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਉਹ ਚਾਹੁੰਦੇ ਕਿ ਸੀਜ਼ਫਾਇਰ ਹੋਣੀ ਚਾਹੀਦੀ ਹੈ ਜਲਦ ਤੋਂ ਜਲਦ ਕਿ ਇਸ ਵਾਇਲੈਂਸ ਨੂੰ ਇਸ ਕਨਫਲਿਕਟ ਨੂੰ ਇੱਕ ਵਾਰੀ ਫਿਰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਬਟ ਉਹਨਾਂ ਨੇ ਇੱਕ ਸਟੇਟਮੈਂਟ ਇਹੋ ਜੀ ਕਹੀ ਜੋ ਕਿਤੇ ਨਾ ਕਿਤੇ ਫਿਟ ਨਹੀਂ ਆਂਦੀ ਅੰਬੈਸਡਰ ਟੀ ਐਸ ਤੀਰਾ ਮੂਰਤੀ ਜੋ ਕਿ ਇੰਡੀਆ ਦੇ ਪਰਮਨੈਂਟ ਰੈਪ੍ਰেজੈਂਟੇਟਿਵ ਹਨ ਯੂਐਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹ ਸਪੋਰਟ ਕਰਦੇ ਐ ਇਸ ਜਸਟ ਪੈਲੇਸਟਾਈਨੀਅਨ ਕਾਜ਼ ਨੂੰ ਕਿ ਪੈਲੇਸਟਾਈਨੀਅਨ ਸਾਈਡ ਤੋਂ ਜੋ ਲੜਾਈ ਜੋ ਵਾਇਲੈਂਸ ਜੋ ਰੈਜ਼ਿਸਟੈਂਸ ਹੋ ਰਹੀ ਹੈ ਇਜ਼ਰਾਈਲੀ ਆਕਿਪੇਸ਼ਨ ਨੂੰ ਲੈ ਕੇ ਉਸ ਚੀਜ਼ ਨੂੰ ਸਪੋਰਟ ਕਰਦੇ ਆਫ ਕੋਰਸ ਇਹ ਕਾਫੀ ਡਿਪਲੋਮੈਟ ਡਿਪਲੋਮੈਟਿਕ ਵਰਡਸ ਦੇ ਵਿੱਚ ਕਹੀ ਗਈ ਬਟ ਇਹ ਸਟੇਟਮੈਂਟ ਇਹ ਐਗਜ਼ੈਕਟ ਵਰਡਸ ਦੈਟ ਉਹ ਸਪੋਰਟ ਕਰਦੇ ਜਸਟ ਪੈਲੇਸਟਾਈਨੀਅਨ ਕਾਜ਼ ਨੂੰ ਹੀ ਸੈਡ ਅਫੀਸ਼ੀਅਲ ਤੌਰ ਤੇ ਆਮ ਇਸ ਚੀਜ਼ ਨੂੰ ਆਪਾਂ ਲੈ ਕੇ ਅੱਜ ਕਿਉਂ ਗੱਲ ਕਰ ਰਹੇ ਹਾਂ ਬਿਕਾਜ਼ ਇਟ ਗੋਜ਼ ਅਗੇਂਸਟ ਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਜੋ ਰਿਲੇਸ਼ਨਸ਼ਿਪ ਰਹੀ ਹੈ ਪ੍ਰਾਈਮ ਮਿਨਿਸਟਰ ਨੈਤਨਿਆਹੁ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਿਆਹੁ ਇਜ਼ਰਾਈਲ ਦੇ ਜੋ ਪੀਐਮ ਰਹੇ ਹਨ 2009 ਤੋਂ ਉਹਨਾਂ ਦੇ ਨਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਾਫੀ ਵਧੀਆ ਸਬੰਧ ਬਣਾਏ ਹਨ ਇੰਡੀਆ ਦੀ ਇਜ਼ਰਾਈਲ ਦੇ ਨਾਲ ਉਹਨਾਂ ਨੇ ਸਬੰਧ ਹੋਰ ਇਨਕਰੀਜ਼ ਕੀਤੇ ਆਮ ਜਿਸ ਤੁਸ ਸਕਰੀਨ ਤੇ ਦੇਖ ਸਕਦੇ ਹੋ ਉਹਨਾਂ ਦੀ ਤੁਸੀਂ ਕਹਿ ਲਓ ਆਮ ਕਾਫੀ ਕਲੋਜ਼ਨੈਸ ਹੈਗੀ ਸੋ ਕਿਸ ਤਰ੍ਹਾਂ ਇਹ ਜੋ ਨਵੀਂ ਸਟੇਟਮੈਂਟ ਆਈ ਹੈ ਅੰਬੈਸਡਰ ਤਿਰੂਮੂਰਤੀ ਵੱਲੋਂ ਕਿਸ ਤਰ੍ਹਾਂ ਇਹ ਇਫੈਕਟ ਕਰੂਗੀ ਇੰਡੀਆ ਤੇ ਇਜ਼ਰਾਈਲ ਰਿਲੇਸ਼ਨਸ ਨੂੰ ਕਿ ਹਿਸਟਰੀ ਰਹੀ ਹੈ ਡਿਪਲੋਮੇਸੀ ਦੀ ਇਹ ਦੋ ਮੁਲਕਾਂ ਦੇ ਵਿੱਚ ਤੇ ਕਿਸ ਤਰ੍ਹਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਨਫਲਿਕਟ ਨੂੰ ਇਫੈਕਟ ਕਰ ਸਕਦੀ ਹੈ ਖਾਸ ਕਰਕੇ ਜਿੱਥੇ ਰੈਜ਼ੋਲੂਸ਼ਨ ਜਿੱਥੇ ਸੀਜ਼ਫਾਇਰ ਦੀ ਗੱਲ ਆਉਂਦੀ ਹੈ ਇਹਨ ਸਾਰੇ ਚੀਜ਼ਾਂ ਤੇ ਸਾਡੇ ਨਾਲ ਅੱਜ ਵਿਸ਼ਾ ਕਰਨ ਲਈ ਸਾਡੇ ਗੈਸ ਸਾਨੂੰ ਜੁਆਇਨ ਕਰਨਗੇ ਇਹ ਫਾਰਮਰ ਅੰਬੈਸਡਰ ਫਰਮ ਇੰਡੀਆ ਸਾਨੂੰ ਜੁਆਇਨ ਕਰਕੇ ਸਾਨੂੰ ਦੱਸਣਗੇ ਕਿ ਕੀ ਡਿਪਲੋਮੇਸੀ ਦਾ ਰੋਲ ਹੋ ਸਕਦਾ ਹੈ ਇਸ ਪੂਰੀ ਕਨਫਲਿਕਟ ਦੇ ਵਿੱਚ ਇਸ ਵਾਇਲੈਂਸ ਦੇ ਵਿੱਚ ਖਾਸ ਕਰਕੇ ਜਿੱਥੇ ਸੀਸਫਾਇਰ ਜਾਂ ਕਿਸੇ ਨਾ ਕਿਸੇ ਰੈਜ਼ੋਲੂਸ਼ਨ ਦੀ ਗੱਲ ਆਉਂਦੀ ਹੈ ਐਂਡ ਇਟਸ ਵੈਰੀ ਇੰਪੋਰਟੈਂਟ ਕਿ ਇੰਡੀਆ ਤੇ ਇਜ਼ਰਾਈਲ ਦੀ ਰਿਲੇਸ਼ਨਸ਼ਿਪ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਵੋਲਵ ਹੋਏਗੀ ਇਸ ਸਟੇਟਮੈਂਟ ਨੂੰ ਲੈ ਕੇ ਉਹਦੀ ਗੱਲ ਕੀਤੀ ਜਾਏ ਵਾਂਸ ਅਗੇਨ ਲਾਈਵ ਤੌਰ 'ਤੇ ਨਾਲ ਜੁੜੇ ਆ ਅੰਬੈਸਡਰ ਸਾਡੇ ਨਾਲ ਜੁੜਨਗੇ ਤੁਸੀਂ ਵੀ ਇਸ ਤਰ੍ਹਾਂ ਜੁੜ ਰਹੇ ਹੋ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ ਤੌਰ 'ਤੇ ਨਾਲ ਜੁੜੇ ਆ ਤੇ ਗੱਲ ਹੋਈ ਹੈ ਜੋ ਇਸ ਵੇਲੇ ਦੁਨੀਆ ਦੀ ਸਭ ਤੋਂ ਗੰਭੀਰ ਵਾਇਲੈਂਸ ਤੇ ਐਸਕਲੇਟਿੰਗ ਵਾਇਲੈਂਸ ਦੀ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ ਮਿਡਲ ਈਸਟ ਦੇ ਵਿੱਚ ਪਿਛਲੇ ਹਫਤੇ ਵੀ ਤੁਹਾਨੂੰ ਥੋੜੀ ਜੀ ਬੈਕਗ੍ਰਾਉਂਡ ਦਿੱਤੀ ਸੀ ਕਿ ਇਹ ਇਤਿਹਾਸ ਹੈ ਇਸ ਰੀਜਨ ਦਾ ਖਾਸ ਕਰਕੇ ਜਿੱਥੇ ਪੈਲੇਸਟਾਈਨ ਤੇ ਇਜ਼ਰਾਈਲ ਦੀ ਗੱਲ ਆਂਦੀ ਹੈ ਕਿਉਂ ਸਾਨੂੰ ਬਾਰ-ਬਾਰ ਇੰਨੇ ਦਿਹਾਕਿਆਂ ਤੋਂ ਇਸ ਏਰੀਆ ਦੇ ਵਿੱਚ ਇਹੋ ਜਿਹਾ ਵਾਇਲੈਂਸ ਇਹੋ ਜੀ ਅਹਿੰਸਾ ਵੇਖਣ ਨੂੰ ਮਿਲਦੀ ਹੈ ਤੇ 2014 ਤੋਂ ਲੈ ਕੇ ਅੱਜ ਤੱਕ ਇਹ ਸਭ ਤੋਂ ਵਰਸਟ ਅ ਸਕਲੇਸ਼ਨਸ ਹੋ ਰਹੀਆਂ ਹਨ ਸ਼ੇਖ ਜਰਾ ਏਰੀਆ ਨੂੰ ਲੈ ਕੇ ਕਿਸ ਤਰ੍ਹਾਂ ਇਹ ਚੀਜ਼ ਸ਼ੁਰੂ ਹੋਈ ਤੇ ਅੱਜ ਇੱਕ ਬਾਰੀ ਫਿਰ ਸਾਨੂੰ ਅਨਫੋਰਚਨਟਲੀ ਗੱਲ ਕਰਨੀ ਪੈ ਰਹੀ ਹੈ ਕਿ ਕਿਸ ਤਰ੍ਹਾਂ ਕਿੰਨੀ ਜ਼ਿਆਦਾ ਡੈਥ ਟੋਲ ਕਿੰਨੀ ਜ਼ਿਆਦਾ ਕੈਸ਼ਵਲਟੀਆਂ ਸਿਵਿਲਿਅਨਸ ਦੀ ਬੱਚਿਆਂ ਦੀ ਔਰਤਾਂ ਦੀ ਸੁਣਨ ਨੂੰ ਮਿਲ ਰਹੀ ਹੈ ਇਟਸ ਰੀਲੀ ਸੈਡ ਇਨ ਸਾਰੀ ਸਿਚੁਏਸ਼ਨ ਦੇ ਵਿੱਚ ਜਿੱਥੇ ਦੁਨੀਆ ਦੇ ਵੱਖ-ਵੱਖ ਗਵਰਨਮੈਂਟਸ ਤੇ ਡਿਪਲੋਮੈਟਸ ਕੋਸ਼ਿਸ਼ ਕਰ ਰਹੇ ਕਿ ਕਿਸੇ ਦਿਨ ਕਿਸ ਤਰ੍ਹਾਂ ਰੈਜ਼ੋਲੂਸ਼ਨ ਆਏ ਏਟ ਲੀਸਟ ਇੱਕ ਸੀਜ਼ਫਾਇਰ ਹੋਏ ਜੋ ਬੌਮਿੰਗ ਜੋ ਰਾਕਟਸ ਜੋ ਫਾਇਰਿੰਗ ਹੋ ਰਹੀ ਹੈ ਦੋਨੋਂ ਪਾਸਿਆਂ ਤੋਂ ਤਾਂ ਕਿ ਲੋਕਾਂ ਦੀ ਜਾਨਾਂ ਤਾਂ ਨਾ ਜਾਣ ਇਸ ਚੀਜ਼ ਦੇ ਵਿੱਚ ਵੀਕਐਂਡ ਤੇ ਯੂਨਾਈਟਿਡ ਨੇਸ਼ਨ ਸਕਿਉਰਿਟੀ ਕਾਉਂਸਲ ਦਾ ਜੋ ਸੈਸ਼ਨ ਹੋਇਆ ਉਹਦੇ ਵਿੱਚ ਇੰਡੀਅਨ ਇੰਡੀਆਜ਼ ਪਰਮਨੈਂਟ ਰਿਪਰੈਜ਼ੈਂਟੇਟਿਵ ਐਮਬੈਸਡਰ ਥੀਐਸ ਤਿਰੂਮੂਰਤੀ ਨੇ ਜੋ ਸਟੇਟਮੈਂਟ ਦਿੱਤੀ in support of the just cause for palestine um a statement काफी सरप्राइजिंग ਤੁਸੀਂ ਕਹਿ ਸਕਦੇ ਹੋ बिकॉज um ਪਿਛਲੇ ਕੁਝ ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਇਨਯਾਹੂ ਦੇ ਨਾਲ کافی ਵਧੀਆ ਸੰਬੰਧ ਬਣਾਏ ਹਨ ਤੇ ਇਸ ਰਿਲੇਸ਼ਨਸ਼ਿਪ ਨੂੰ ਅੱਗੇ ਲੈ ਕੇ ਗਏ ਸੋ ਇਸ ਚੀਜ਼ ਦੀ ਮੈਂ ਕਵਾਂਗੀ ਸਾਨੂੰ ਥੋੜੀ ਜੀ ਹੋਰ ਜਾਣਕਾਰੀ ਦੇਣ ਲਈ ਸਾਨੂੰ ਜੁਆਇਨ ਕਰੇ ਇੱਕ ਬੜੀ ਫਰਮ ਨੂੰ ਆਪ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਆਨਰ ਮਹਿਸੂਸ ਹੋ ਰਿਹਾ ਇੱਕ ਬੜੀ ਫਰ ਇਸ ਗੈਸ ਨੂੰ ਤਰਨਲ ਪੇਸ਼ ਕਰਦੇ ਹੋਏ ਪਲੀਜ਼ join me in welcoming um, one of my favorite diplomats ambassador kapoor subhpele ambassador pradeep k kapoor to the program deborah swagat aasiri kal kal so good to have you per uh, ambassador kapoor as always um ਤੁਸੀਂ ਹਮੇਸ਼ਾ ਸਾਨੂੰ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਡਿਪਲੋਮੇਸੀ ਵਰਲਡ ਰਿਲੇਸ਼ਨਸ ਕਾਸੇ ਜਿਥੇ ਇੰਡੀਆ ਦਾ ਰੋਲ ਆਂਦਾ ਹੈ ਤੇ ਇੰਡੀਆ ਦੇ ਡਿਪਲੋਮੈਟਸ ਜਿੱਥੇ ਉਹਨਾਂ ਦੀ ਮਤਲਬ ਐਕਟੀਵਿਟੀਆਂ ਦੀ ਗੱਲ ਹੁੰਦੀ ਤੁਸੀਂ ਹਮੇਸ਼ਾ ਸਾਨੂੰ ਇਨਸਾਈਟ ਐਕਸਪਰਟਿਸ ਆਪਣੀ ਸ਼ੇਅਰ ਕਰਦੇ ਹੋ ਸਾਡੇ ਨਾਲ um ambassador kapoor of course ਇਹ eh ਜੋ um ਮੈਂ ਕਵਾਂਗੀ कॉन्फ्लिक्ट um कॉन्फ्लिक्ट शब्द भी मतलब काफी कंट्रोवर्शियल हो गया आजकल इस सिचुएशन को डिस्क्राइब करते हुए कोई कहंदे है कोई लोग ही कहंदे कि एक कॉन्फ्लिक्ट नहीं है ये मतलब काफी ਤੁਸੀਂ ਕਹਿ ਲੋ ਅਪਾਰਟਾਈਡ ਜੇਨੋਸਾਈਡ ਯੂ نو ਅਪੋਜ਼ਿੰਗ ਫੋਰਸਿਸ ਓਕਿਪੇਸ਼ਨ ਵਾਲੀ ਕੋਈ ਚੀਜ਼ ਹੋ ਰਹੀ ਹੈ ਐਥਨਿਕ ਕਲੈਂਸਿੰਗ ਹੋ ਰਹੀ ਦੂਜੇ ਪਾਸੇ ਕਹਿੰਦੇ ਕਿ कॉन्फ्लिक्ट ਨਹੀਂ ਇਹ ਤਾਂ ਰੂਟੀਨ ਹੈਗਾ ਕਿ ਇਸ ਬੇਸਿਕ ਡਿਫੈਂਸ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਰਾਈਟ ਹੈ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਨੇ ਜਸਟੇਟਮੈਂਟ ਦਿੱਤੀ ਹੈ ਅਫੀਸ਼ੀਅਲ ਤੌਰ ਤੇ ਅਮ ਬਟ ਇੰਡੀਆ ਦੀ ਕੀ ਹਿਸਟਰੀ ਰਹੀ ਇੰਡੀਆ ਦਾ ਕੀ ਇਤਿਹਾਸ ਰਿਹਾ ਹੈ ਇਜ਼ਰਾਈਲ ਪੈਲੇਸਟਾਈਨ ਦੀ ਕਨਫਲਿਕਟ ਨੂੰ ਲੈ ਕੇ ਇਹਨਾਂ ਦੋਨੋਂ ਪਾਰਟੀ ਸਾਈਡਸ ਐਂਟੀਟੀਆਂ ਕੰਟਰੀਜ਼ ਜੋ ਵੀ ਯੂ ਨੋ ਅਪਰੋਪਰੀਏਟ ਵਰਡ ਡਿਪੈਂਡਿੰਗ ਕੇ ਦੇ ਸਾਈਡ ਦੀ ਤੁਸੀਂ ਗੱਲ ਕਰ ਰਹੇ ਹੋ ਅਮ ਤੁਸੀਂ ਸਾਨੂੰ ਥੋੜਾ ਦੱਸ ਸਕਦੇ ਹੋ ਡਿਪਲੋਮੈਟਿਕਲੀ ਸਪੀਕਿੰਗ ਇੰਡੀਆ ਦਾ ਕੀ ਇੰਡੀਆ ਦੀ ਕੀ ਪੋਜੀਸ਼ਨ ਰਹੀ ਹੈ ਇਸ ਇਜ਼ਰਾਈਲ ਪੈਲੇਸਟਾਈਨ ਕਨਫਲਿਕਟ ਨੂੰ ਲੈ ਕੇ Uh, thank you, Ashmitaji. बहुत-बहुत Taniwad. is a grave situation, and Middle East has been a powder keg uh, ready to, you know, blast off like a dynamite. And the explosions taking place now and the violence taking place now is manifesting that uh, potential of becoming a, you know, very serious cause of concern for the whole world. They historically इंडिया ਨੂੰ ਇਸ ਰੀਜਨ ਵਿੱਚ ਬਹੁਤ ਇੰਟਰਸਟ ਹੈ ਐਂਡ ਪੈਲੇਸਟਾਈਨ ਦੇ ਨਾਲ ਬਹੁਤ ক্লোਜ਼ ਸੰਬੰਧ ਸੀਗੇ ਬਹੁਤ ਚੇਅ ਰਿਲੇਸ਼ਨਸ਼ੀ ਯਾਸਰ ਅਰਾਫਾਤ ਜਦੋਂ ਸੀਗੇ ਉੱਥੇ ਪੈਲੇਸਟਾਈਨ ਅਥਾਰਟੀ ਦੇ ਲੀਡਰ ਉਸ ਟਾਈਮ ਇੰਦਰਾ ਗਾਂਧੀ ਨਾਲ ਬਹੁਤ ਉਹਨਾਂ ਦੇ ক্লোਜ਼ ਤਾਲੁਕਾਤ ਸੀਗੇ ਕਿ ਉਹ ਡਿਊਰਿੰਗ ਦੋਜ਼ ਈਅਰਸ ਦੀ ਇੰਡੀਅਨ ਫੋਰਨ ਪੋਲਿਸੀ ਵਾਸ ਵੈਰੀ ਸਟਰੋਂਗਲੀ ਸੁਪੋਰਟਿੰਗ ਦ ਪੈਲੇਸਟਿਨিয়ান ਕਾਸ at the united nations and other international forum in a very strong manner and we were making statements which were asking the israelis to stop their process of settlement or expansion or aggression in those areas over the years gradually the relations with israel started improving and getting better and better in a lot of areas for example in agriculture in irrigation in armament industry in the defense sector in the cyberspace uh, and large number of uh, advanced technologies so with that the relations on one hand between india and israel became better uh, on the other hand between india and the arab world uh, continued to remain good, but not at that high level which was there earlier. And our position on Palestine became more and more modulated and moderated. There was also a lot of analysis done in the Ministry of External Affairs Chief. as to the support which the government of India uh, or lack of support from the Arab countries to India's causes and India's areas of concern. In the United Nations, the voting patterns were analyzed. In many cases, we saw that we were not receiving as much support as we thought we should be receiving from the Arab countries. Whereas Israel had become a very steadfast supporter of India. So that uh, balance between the two sides then continued, in the sense Arab and Israeli, to become a place where India has stopped making. Uh, strongly negative statements against israel and having a more nuanced position. so even in the current case at the united nations security council, where india is uh, holding one of the non-permanent seats at this juncture of history, ambassador tirumurti, whom i've known very well, who's a very outstanding diplomat, has uh, made a very correct statement, a very balanced statement again. he has condemned the Violence from the Palestinian side also, and he has condemned the, you know, expansion and the settlements and the aggression from the Israeli side also, equally. So to that extent, what would have either been a case of making a strong statement of support to one side is now more nuanced, with a very balanced approach. Thank you. G, G, of course. Um, I mean. Per, per, ambassador Kapoor uh, you know literally the name of the game is diplomacy right so um, ambassador Tirumurti, the statement of course everyone's picking out that part that you know does this mean that India supports Palestine but uh, if you read or if you listen to the statement unanik um, kafi diplomatic mm it him the uh, human rights the support expressed kit above all else right and uh, like the rest of the diplomats and the rest of the world um, is urging for immediate ceasefire. Um, but once again, you know, let's talk about the current administration. Uh, does this statement in any way um tonu lag statement hagi um ਕਰੰਟ ਐਡਮਿਨਿਸਟ੍ਰੇਸ਼ਨ ਇੰਡੀਆ ਚ ਹੈਗੀ ਖਾਸ ਕਰਕੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਜੋ ਕਲੋਜ਼ਨੈਸ ਜੋ ਉਹਨਾਂ ਦੀ ਪਰਸਨਲ ਤੌਰ ਤੇ ਸੰਬੰਧ ਇਵੋਲਵ ਹੋਏ ਹਨ ਪ੍ਰਾਈਮ ਮਿਨਿਸਟਰ ਨਿਆਹੂ ਦੇ ਨਾਲ ਉਸ ਚੀਜ਼ ਨੂੰ ਅਫੈਕਟ ਕਰ ਸਕਦੀ ਫਰਸਟ ਟੈਲ ਅਸ ਅ ਲिटल ਬਿਟ ਅਬਾਊਟ ਹਾਊ ਯੂ نو ਥਿਸ ਰਿਲੇਸ਼ਨਸ਼ਿਪ ਹੈਸ ਗ੍ਰੋਨ ਅੰਡਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਖਾਸ ਕਰਕੇ ਜਿੱਥੇ ਪੀਐਮ ਮੋਦੀ ਤੇ ਪੀਐਮ ਨਿਆਹੂ ਦੀ ਗੱਲ ਆਂਦੀ ਹੈ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਅਬਾਊਟ ਹਿਊਮਨ ਰਾਈਟਸ Uh, that is absolutely correct, and he has pointed out very clearly. Now, for any individual or any country to see the sort of violence which is unleashed on the Palestinians is definitely heartbreaking and heartrending. So, to make a statement against that sort of violence, I guess, is the correct thing to do, and the world has to sort of join together to see how you know, the two sides can come to an agreement because already with the support of saudi arabia, with the support of some of the other countries like jordan and others, israel has already managed to re-establish relations with, you know, quite a few arab countries, where it didn't have any relations with most of the arab countries except egypt, for example. and then it started expanding a little bit. And now, suddenly, in the, during the Trump administration, the support given by the Trump administration to fostering direct dialogue between Israel and the Arab countries expanded very significantly. So, today, Israel does not stand as isolated as it was, let us say, two years back. So, it has more acceptance, it has more dialogues going with the Arab countries. And that itself is a very positive development because once you have a dialogue like that happening, the chances of a resolution of such a complex problem, because on the one hand, they feel Israel feels that it has a right to exist and not be threatened on a daily basis. And on the other hand, the Arab countries also have to accept the reality of Israel and to realize how to coexist. with Israel I so, you yeah, so, I'm sorry to cut you off but your uh, todi gal matlab is a two state solution wale pase ja rahi hai but ambassador um inne matlab decades to two state solution uh, de layi is area de vich ehoji struggle vekhn nu mil rahi hai ਤਾਨੂੰ ਲੱਗਦਾ ਹੈ ਖਾਸ ਕਰਕੇ ਜਿੱਥੇ ਡਿਪਲੋਮੇਸੀ ਦਾ ਰੋਲ ਆਉਂਦਾ ਹੈ ਕਿ ਟੂ ਸਟੇਟ ਸੋਲੂਸ਼ਨ ਇੱਕ ਫੀਜ਼ੀਬਲ ਚੀਜ਼ ਵੀ ਹੈਗੀ ਆਈ ਮੀਨ ਜਸਟ ਟੁਡੇ देयर ਵਾਸ ਸਟੇਟਮੈਂਟਸ ਇਨ ਦੀ ਨਿਊਜ਼ ਥੈਟ ਉਮ ਇੱਕ ਪਾਸੇ ਇਜ਼ਰਾਈਲ ਤੇ ਪ੍ਰਾਈਮ ਮਿਨਿਸਟਰ ਇਨਿਆਹੂ ਕਹਿ ਰਹੇ ਆ ਕਿ ਆਪਾਂ ਸੀਜ਼ਫਾਇਰ ਕਰਨ ਲਈ ਤਿਆਰ ਆਂ ਆਪਾਂ ਨੈਗੋਸ਼ੀਏਟ ਤੇ ਰੈਜ਼ੋਲੂਸ਼ਨ ਦੇ ਪਾਸੇ ਤੁਰਨ ਲਈ ਤਿਆਰ ਆਂ لیکن ਸਾਡੀ ਇਹੋ ਜੀ ਟਰਮਸ ਹੋਣੀਆਂ ਚਾਹੀਦੀ ਦੂਜੇ ਪਾਸੇ ਹਮਾਸ ਜੋ ਇਸ ਵਾਇਲੈਂਸ ਨੂੰ ਅੱਗੇ ਲੈ ਕੇ ਆ ਰਿਹਾ ਹੈ ਪੈਲੇਸਟਿਨियन ਕੌਜ਼ ਲਈ ਰੈਜ਼ਿਸਟੈਂਸ ਤੇ ਇਸ ਤਰ੍ਹਾਂ ਦੇ ਐਕਸ਼ਨਸ ਲੈ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਅਪਾ ਵੀ ਰਿਜ਼ੋਲਵ ਕਰਨ ਲਈ ਤਿਆਰ ਆ ਪਰ ਸਾਡੀ ਵੀ ਟਰਮਸ ਹੈਗੀਆਂ ਇਹਨਾਂ ਦੋਨੋਂ ਸਾਈਡਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਟੂ ਸਟੇਟ ਸੋਲੂਸ਼ਨ ਅਚੀਵ ਹੋ ਵੀ ਸਕਦਾ ਹੈ ਕਨਸਿਡਰਿੰਗ ਹਾਊ ਫਾਰ ਪਾਰਟ ਬੋਥ ਆਫ देयर ਡਿਮਾਂਡਸ ਆ Well, uh, I, historically, I guess the way it has evolved so far, Israel has become a reality. You cannot now go back in history and wipe out Israel from the map of the world. So you have to have a two state solution. And what you had mentioned earlier about uh, Prime Minister Modi and Prime Minister Netanyahu's personal equation is yes, they have developed a great uh, relationship. Which is in the mutual interest of both the countries, as I had alluded to earlier. And that is only going to expand further. And to that extent, for the United Nations to play an important role, and the countries which have now, you know, are the Quartet countries, which are trying to broker a ceasefire and a peace deal, at least in the short term, uh, they will succeed because both the sides have a lot to lose. If they continue the fighting, Absolutely. and both sides have a lot to gain, if they agree to a ceasefire, it may not result in a resolution or a solution in the immediate uh, future. But at least with the sort of headway which Israel is making in the Arab world, I do not see that day being very far off in the future where a large part of the world and the Arab world will come to terms iran and all will be outliers they will continue to threaten israel to the extent that they can but uh, israel also has lots of uh, you know capacities and strengths and potential to tackle that uh, problem which iran can pose so to that extent i think yes the way going ahead will be a two state solution and that will become more and more acceptable as the days roll by absolutely absolutely and i think um... You know, once again, Ajdi Deddevich Sareta Ehi Charehan, the resolution Pavejina, time Lagge, but ceasefire Honi Chaydea, right? Let's talk a little bit about in Sari Chizandevich, Kinne Hattak diplomacy, a positive impact lakia sag So, you know, this weekend there was a UN Security Council session that was called. Um, ਇਹਦੇ ਵਿੱਚ ਆਈ ਮੀਨ ਇੱਕ ਲੇਮੈਨ ਲਈ ਰਾਈਟ ਸਾਡੇ ਵਰਗੇ ਜੋ ਆਮ ਲੋਕੀ ਹੈਗੇ ਜਿਨ੍ਹਾਂ ਨੂੰ ਨਹੀਂ ਜਿਆਦਾ ਅ ਇਨਰ ਵਰਕਿੰਗਸ ਬਾਰੇ ਪਤਾ ਉਹਨਾਂ ਲਈ ਕੀ ਸਿਗਨੀਫਿਕੈਂਸ ਹੈਗੀ ਇਸ ਸੈਸ਼ਨ ਦੀ ਤੇ ਯੂ نو ਇਨ ਸਿੰਪਲ ਵਰਡਸ ਕੀ ਕੋਈ ਅ ਪ੍ਰੋਗਰੈਸ ਹੋ ਵੀ ਸਕਦਾ ਹੈ ਇਹੋ ਜੇ ਸੈਸ਼ਨਸ ਦੇ ਵਿੱਚ ਵੈਲ that is a good question ਅਸ਼ਮਿਤਾ ਜੀ ਇਨ ਦਾ ਸੈਂਸ ਥੈਟ The capacity of the UN to resolve conflicts, as we have seen, is uh, getting lower and lower over the years, and the permanent, uh, you know, members are hardly able to agree to any uh, sort of uh, common stand. Mm -hmm. If one side, like you know, US proposes something, either China vetoes it or Russia vetoes it. G. and if china proposes something or russia proposes something the us or the western countries uk and france veto that G. so if it is a house which is so divided that it cannot come to a common you know stand or a common platform or a common resolution uh, chances of it being effective are very low as i've said in my book which we had written recently on beyond covid envisioning G. a better world that organizations like the UN now need to be either thrown into the dustbins of history and new yeah. organizations created which can cope with the modern day challenges. Absolutely. Because to think of tweaking those sort of organizations at this stage uh, may be. beyond the possible. what are controversial statement ambassador kapoor um i want to ask you more about this kuch callers sadnal jud chuke hai sunne ne ohna de vichar saskal tusi on air ho hello hanji saskal tusi on air ho hanji main ek satkar sat pranti ghar hoyi si ji ji program bahut vadiya tuhanu chal reha hai hanji kapoor sahab badi vadiya knowledge de rahe akhan dian galan da swa ਆ ਤੁਸੀਂ ਬਹੁਤ ਸੋਣਾ ਰਿਪਰੈਜ਼ੈਂਟ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਪਰ ਮੈਂ ਇੱਕ ਬੇਨਤੀ ਕਰਨੀ ਹੈ ਵੀ ਜੇ ਕਿਤੇ ਪੰਜਾਬੀ ਚ ਹੋ ਜਾਵੇ ਜੀ No problem no problem ਜੀ ਕਪੂਰ ਸਾਹਿਬ ਨੂੰ ਜੇ ਬੇਨਤੀ ਕਰੋ ਵੀ ਉਹ ਪੰਜਾਬੀ ਜਾਂ ਹਿੰਦੀ ਚ ਬੋਲਦੇ ਨੇ ਤੇ ਆਪਣੇ ਜਿਹੜੇ ਭਾਸ਼ਾ ਤੇ ਤੇ ਜਿਹਦੇ ਸੰਦੇਸ਼ ਹਮਾਰੇ ਖਾਸ ਕਰਕੇ ਨਾਸੁਲਾ ਵੀ ਉੱਥੇ ਲਿਖਿਆ ਹੋਇਆ ਤੇ ਮੈਂ ਨਾ ਕਮਾਈ ਕਰਦਾ ਫਿਰ ਨੂੰ ਨਹੀਂ ਨਹੀਂ ਕੀ ਕੀ ਜੀ ਥੈਂਕ ਯੂ ਤੁਹਾਡੀ ਕਾਲ ਲਈ ਅੰਬੈਸਡਰ ਕਪੂਰ ਮੈਂ ਤੁਹਾਨੂੰ ਪਹਿਲੇ ਹੀ ਡਿਸਕਲੇਮਰ ਦਿੱਤਾ ਸੀ ਸਾਡੇ ਵਿਊਅਰਸ ਪੰਜਾਬੀ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਦੇ ਨਾਲ ਬਹੁਤ ਹੀ ਲगाव ਰੱਖਦੇ ਐ ਅੰਬੈਸਡਰ ਕਪੂਰ ਤੁਸੀਂ ਸਾਨੂੰ ਇਹੀ ਹొਨੇ ਸਟੇਟਮੈਂਟ ਕਹੀ ਹੈ ਤੁਸੀਂ ਇੱਕ ਫਾਰਮਰ ਅੰਬੈਸਡਰ ਆਫ ਫਰਮ ਇੰਡੀਆ ਤੁਹਾਡੀ ਇੱਕ ਸਟੇਟਮੈਂਟ ਤੁਸੀਂ ਜੋ ਹੁਨੇ ਕਹੀ ਮੈਂ ਉਹਦੇ ਤੇ ਇੱਕ ਬਾਰੀ ਫਿਰ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ ਰਾਈਟ ਬਿਕੋਜ਼ ਖਾਸ ਕਰਕੇ ਜੋ ਸਾਡੇ ਬਜ਼ੁਰਗ ਹਨ ਜਿਨ੍ਹਾਂ ਨੂੰ ਯੂਨਾਈਟਿਡ ਨੇਸ਼ਨਸ ਮਤਲਬ ਇਹ ਜੋ ਸੰਸਥਾਏ ਜੋ ਆਰਗੇਨਾਈਜੇਸ਼ਨ ਹੈਗੀ ਇਹ ਇੱਕ ਯੂ نو ਵਰਲਡ ਪੋਲਿਟਿਕਸ ਦੇ ਵਿੱਚ ਇੱਕ ਕੋਰ ਅਮ ਲਾਈਕ ਐਂਟੀਟੀ ਆ ਰਾਈਟ ਅਮ ਤੇ ਤੁਸੀਂ ਕਹਿ ਰਹੇ ਹੋ ਕਿ ਕਿ ਪਿਛਲੇ ਕੁਝ ਸਮੇਂ ਤੋਂ ਇਹਦੀ ਇੰਨੀ ਜ਼ਿਆਦਾ ਕੋਈ ਅਮ ਮਤਲਬ ਲਾਈਕ ਉਹ ਇਨਫਲੂਐਂਸ ਉਹ افੈਕਟਿਵਨੈਸ ਨਹੀਂ ਰਹੀ ਜਿਹਦੇ ਲਈ ਸ਼ਾਇਦ ਇਹ ਬਣਾਈ ਗਈ ਸੀ ਅਮ ਯੂ نو ਅਗਰ ਆਪਾਂ ਅਨਲਿਸਿਸ ਅਮ ਤੇ ਗੱਲ ਕਰੀਏ ਵਾਡ ਯੂ ਰეკਮੈਂਡ ਲੈਕ ਕੀ ਇਸ ਚੀਜ਼ ਨੂੰ ਕਿਸ ਤਰ੍ਹਾਂ ਦੀ ਸੰਸਥਾ ਇਹ ਇਹ ਜੋ ਵੋਇਡ ਹੈ ਜੋ ਗੈਪ ਹੈ ਉਹਨੂੰ ਫਿਲ ਕਰ ਸਕਦੀ ਹੈ बिकॉज़ ਕਲੀਅਰਲੀ ਦੁਨੀਆ ਦੇ ਵਿੱਚ ਕੁਝ ਨਾ ਕੁਝ ਤਾਂ ਲੋਡ ਹੈਗੀ ਸਾਨੂੰ ਕਿਸੇ ਨਾ ਕਿਸੇ ਚੀਜ਼ ਦਾ ਲੋਡ ਹੋਏਗੀ ਕਿ ਆਪਸੀ ਮੁਲਕਾਂ ਦੇ ਵਿੱਚ ਅਗਰ ਕੋਈ ਤੁਸੀਂ ਰੈਜ਼ੋਲੂਸ਼ਨ ਲੈ ਕੇ ਆਣਾ ਹੋਏ ਯੂ نو ਕੁਝ ਨਾ ਕੁਝ ਤਾਂ ਉੱਥੇ ਹੋਣਾ ਚਾਹੀਦਾ ਤੁਹਾਡੇ خیال ਚ ਕੀ ਇਸ ਚੀਜ਼ ਨੂੰ ਵਾਟ ਊਡ ਯੂ ਰੈਕਮੈਂਡ ਦੇਖੋ ਤੁਸੀਂ ਗੱਲ ਸਮਝੋ ਦੇਖ ਜਿਹੜਾ 1945 ਵਿੱਚ ਸਿਚੁਏਸ਼ਨ ਸੀਗਾ World War 2 ਖਤਮ ਹੋਇਆ ਉਸ ਵਲੇ ਕਾਫੀ ਜ਼ਰਾ ਜਿਹੜਾ ਵੈਸਟਰਨ ਵਰਲਡ ਹੈ ਡਿਸਟਰੋਇਡ ਸੀਗਾ ਸਾਰਾ ਯੂਰਪ ਔਰ ਜਪਾਨ ਔਰ ਕਾਫੀ ਕੰਟਰੀਜ਼ ਬਹੁਤ ਜ਼ਿਆਦਾ ਡਿਸਟਰਕਸ਼ਨ ਹੋਇਆ ਸੀ ਤੇ ਉਦੋਂ ਇੱਕ ਸੰਸਥਾ ਸੀ ਜਿਹਦਾ ਨਾਮ ਸੀ ਲੀਗ ਆਫ ਨੇਸ਼ਨਸ ਇਹ ਵਰਲਡ ਲੀਡਰ ਜਦੋਂ ਕੱਟੇ ਹੋਏ ਅਮਰੀਕਾ ਅਚ ਉਹਨਾਂ ਨੇ ਇਹ ਨਿਰਣੈ ਲਿਤਾ ਕਿ ਜਿਹੜਾ ਇਹ ਲੀਗ ਆਫ ਨੇਸ਼ਨਸ ਸੀਗਾ ਉਹ ਨਾ World War 1 ਨੂੰ ਰੋਕ ਸਕਿਆ ਨਾ World War 2 ਨੂੰ ਰੋਕ ਸਕਿਆ ਜੀ ਇਹ World War 2 ਦੇ ਬਾਅਦ ਉਹਨਾਂ ਨੇ ਡਿਸਾਈਡ ਕੀਤਾ ਕਿ ਉਹਨ ਲੀਗ ਆਫ ਨੇਸ਼ਨਸ ਦੀ ਇਫੈਕਟਿਵਨੈਸ ਬਚੀ ਨਹੀਂ ਹੈ ਕੁਝ ਜੀ ਤੇ ਉਹਨਾਂ ਨੇ ਲੀਗ ਆਫ ਨੇਸ਼ਨਸ ਨੂੰ ਇਮੀਡੀਏਟਲੀ ਡਿਸਬੈਂਡ ਕਰਤਾ ਕੰਪਲੀਟਲੀ ক্লোਜ਼ ਕਰਤਾ ਉਹਨੂੰ ਬੰਦ ਕਰਤਾ ਤੇ ਉਹਦੀ ਜਗ੍ਹਾ ਤੇ ਉਹਨਾਂ ਨੇ ਨਈ ਇੱਕ ਡਿਜ਼ਾਈਨਡ ਕ੍ਰੀਏਟਿਵ ਆਰਗੇਨਾਈਜੇਸ਼ਨ ਕੀਤੀ ਜਿਹਦਾ ਨਾਂ ਸੀ ਯੂਨਾਈਟਿਡ ਨੇਸ਼ਨਸ ਯੂਨਾਈਟਿਡ ਨੇਸ਼ਨਸ ਨੂੰ 1945 ਤੋਂ ਲੈ ਕੇ 2021 ਤੱਕ ਜਿੰਨੇ ਵੀ ਇਹਨਾਂ ਸਾਲ ਹੁਣੇ ਭਜਾਤਾ ਰਸੀ ਸਾਲ ਇਹ ਚੰਗਾ ਕੰਮ ਕੀਤਾ ਕਾਫੀ ਸਾਲਾਂ ਤੱਕ ਉਹ ਪਿਛਲੇ ਕੁਝ 10-15 ਸਾਲਾਂ ਤੋਂ ਪੂਰੀ ਦੁਨੀਆ ਇਹ ਦੇਖ ਰਹੀ ਹੈ

ਅਫਰੀਕਾ ਤੋਂ ਕੋਈ ਨੇਸ਼ਨ ਨਹੀਂ ਆ ਯਾ ਇਟ ਸੀਮਸ ਵੈਰੀ ਆਊਟਡੇਟਿਡ ਆਈ ਮੀਨ ਆਈ ਥਿੰਕ ਯੂ ਆਰ ਰਾਈਟ ਆਈ ਥਿੰਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਫੀ ਆਊਟਡੇਟਿਡ ਨਾ ਕਿ ਸਿਰਫ ਜੋ ਗਰੁੱਪਿੰਗ ਹੈ ਬਟ ਜਿਨ੍ਹਾਂ ਦੇ ਹੱਥ ਦੇ ਵਿੱਚ ਮੇਨ ਡਿਸੀਜਨ ਮੇਕਿੰਗ ਹੈ ਉਹਦੇ ਵਿੱਚ ਕਾਫੀ ਥਾਵਾਂ ਦੀ ਰੈਪਰੈਜ਼ੈਂਟੇਸ਼ਨ ਹੀ ਨਹੀਂ ਹੈ ਕੁਝ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਸਤਿ ਸ਼੍ਰੀ ਅਕਾਲ ਤੁਸੀਂ ਆਨ ਏਅਰ ਹੋ ਜੀ ਜੀ ਅਸ਼ਪਾ ਜੀ ਰਾਜਕੁਮਾਰ ਬੋਲ ਰਹੇ ਹਾਂ ਸਤਿ ਸ਼੍ਰੀ ਅਕਾਲ ਰਾਜਕੁਮਾਰ ਜੀ ਦੱਸੋ ਕਪੂਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਅੱਛੀ ਫਰਕ ਤਾਂ ਚੱਲ ਜੀ ਗੱਲਬਾਤ ਥੈਂਕ ਯੂ ਜੀ ਤੁਹਾਡਾ ਕੋਈ ਕਮੈਂਟ ਜਾਂ ਕੁਐਸਚਨ ਇਸ ਟਾਪਿਕ ਤੇ ਜਾਂ ਅੰਬੈਸਡਰ ਕਪੂਰ ਲਈ ਹਾਂਜੀ ਹੈਲੋ ਅਚਕਾ ਜੀ ਅੱਛਾ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸ਼ਮਿਤ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਹਾਂਜੀ ਮੇਰਾ ਕੁਐਸਚਨ ਹੈ ਰਿਗਾਰਡਿੰਗ ਇੰਡੀਆ ਤੇ ਇਹਨਾਂ ਦੀ ਰੋਲ ਇਨ ਦਾ ਕਨਫਲਿਕਟ ਐਂਡ ਟੇਕਿੰਗ ਦਾ ਸਾਈਡਸ ਜੀ ਅਗਰ ਅਸੀਂ ਇੰਡੀਆ ਦੀ ਹਿਸਟਰੀ ਦੇਖੀਏ ਵੀ ਨੋ ਵੈਰੀ ਵੈਲ ਕਿਉਂਕਿ ਸਾਡਾ ਵੀ ਪਾਰਟੀਸ਼ਨ ਉਦੋਂ ਕਿ ਹੋਇਆ ਆਲਮੋਸਟ ਜਦੋਂ ਇਜ਼ਰਾਈਲ ਨੂੰ ਉੱਥੋਂ ਲਿਆ ਕੇ ਯੂਰਪ ਚੋਂ ਜਾਂ ਇੱਥੇ ਲਿਆਂਦਾ ਪਰ ਮੈਂ ਥੋੜਾ ਜਿਹਾ ਇਹਨੂੰ ਬੜੀ ਵੇਰੀ ਪੜਿਆ ਦੇਖਿਆ ਕਿਉਂਕਿ ਜਿੰਨੀ ਜ਼ਿਆਦਾ ਇਹ ਹਿਊਮਨ ਰਾਈਟ ਵਾਇਲੇਸ਼ਨ ਪਲਸਟੀਨੀਅਨ ਵੀ ਸਾਡੇ ਵਰਗੇ ਹੀ ਲੋਕ ਐ ਠੀਕ ਹੈ ਉੱਥੇ ਉਹ ਸਟੇਟ ਉੱਥੇ ਬਣੀ ਪਰ ਇੰਡੀਆ ਨੂੰ ਤਾਂ ਮੇਰੇ ਹਿਸਾਬ ਚ ਅਗੇਨ ਆਮਨਰ ਦਾ ਉਹਨਾਂ ਦੀ ਕੰਟਰੀ ਦਾ ਕੋਈ ਐਮਬੈਸਡਰ ਪਰ ਇੰਡੀਆ ਨੂੰ ਸਾਰੀ ਸਿਚੁਏਸ਼ਨ ਨੂੰ ਸਮਝਦੇ ਹੋਏ ਇਹਨਾਂ ਨੂੰ ਪ੍ਰੋ ਪਲਸਟਾਈਨ ਕਰਨਾ ਚਾਹੀਦਾ ਹੈ ਉਹਨਾਂ ਨੂੰ টু ਸਟੇਟ ਸੋਲੂਸ਼ਨ ਬੋਥ ਸਟਰੋਂਗਲੀ ਕਰਨਾ ਚਾਹੀਦਾ ਔਰ ਉਹਨਾਂ ਲੋਕਾਂ ਨੂੰ ਸਟੇਟ ਮਿਲਣੀ ਚਾਹੀਦੀ ਹੈ ਸੋ ਮੇਰਾ ਤੇ ਸਵਾਲ ਹੈ ਕਪੂਰ ਸਾਹਿਬ ਨੂੰ ਵੀ ਸਾਡੀ ਕੈਰ ਰਿਜ਼ਰਵੇਸ਼ਨ ਹੈ ਅਸੀਂ ਇੰਨਾ ਸਟਰੋਂਗ ਹੋ ਕੇ ਉਹਨੂੰ ਨਹੀਂ ਕਰਦੇ ਜੀ ਥੈਂਕ ਯੂ ਸੋ ਮਚ ਗ੍ਰੇਟ ਕੁਐਸਚਨ ਆਮ ਆਈ ਥਿੰਕ ਐਮਬੈਸਡਰ ਕਪੂਰ ਤੁਸੀਂ ਇੱਕ ਵਾਰੀ ਫਿਰ ਸਾਡੇ ਲਈ ਦੁਹਰਾ ਸਕਦੇ ਹੋ ਕਿ ਯੈਸ ਇੱਕ ਪਾਸੇ ਯੂ نو ਸਿੰਪਲ ਤੌਰ ਤੇ ਆਮ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਰੋਂਗ ਪਰ ਦੂਜੇ ਪਾਸੇ ਜੋ ਡਿਪਲੋਮੇਸੀ ਹੁੰਦੀ ਹੈ ਤੇ ਜੀਓਪੋਲਿਟਿਕਸ ਹੁੰਦੇ ਆ ਉਹ ਸਿਰਫ ਰਾਈਟ ਐਂਡ ਰੋਂਗ ਤੇ ਨਹੀਂ ਬੇਸਡ ਹੁੰਦੇ ਕਿ ਇੰਡੀਆ ਨੂੰ ਕਿੱਥੋਂ ਸਪੋਰਟ ਮਿਲੀ ਹੈ ਕਿੱਥੋਂ ਨਹੀਂ ਸਪੋਰਟ ਮਿਲੀ ਕਿੰਨਾ ਉਸ ਚੀਜ਼ ਨੇ ਅਫੈਕਟ ਕੀਤਾ ਹੈ ਕਿ ਇੰਡੀਆ ਨੇ ਕਿੰਨਾ ਨੂੰ ਅੱਗੇ ਸਪੋਰਟ ਕੀਤੀ ਹੈ ਤੇ ਉਹ ਮੀਨਸ ਤੁਸੀਂ ਬਿਲਕੁਲ ਠੀਕ ਕਹ ਰਹੇ ਹੋ ਔਰ ਜਿਹੜਾ ਕੁਐਸਚਨ ਵੀ ਆਇਆ ਹੈ ਉਹਦੇ ਵਿੱਚ ਇਹ ਹੈ ਕਿ ਇੰਡੀਆ ਨੇ ਸਪੋਰਟ ਕਿਤਾ ਪਹਿਲਾਂ ਬਹੁਤ ਸਮਾਂ ਤੱਕ ਪੈਲੇਸਟਾਈਨ ਕੌਜ਼ ਨੂੰ ਬਹੁਤ ਜ਼ਿਆਦਾ ਸਟਰੋਂਗਲੀ ਐਟ ਦੀ ਮੀਨਸ ਉਹ ਜਿਹੜੇ ਵੈਸਟਰਨ ਕੰਟਰੀਜ਼ ਹੁੰਦੇ ਸੀ ਬਹੁਤ ਗੁੱਸੇ ਹੁੰਦੇ ਸੀ ਜਦੋਂ ਇੰਡੀਆ ਯੂਨਾਈਟਿਡ ਨੇਸ਼ਨਸ ਵਿੱਚ ਆਵਾਜ਼ ਚੱਕਦੀ ਸੀ ਕਿਉਂਕਿ ਇੰਡੀਆ ਦੀ ਜਿਹੜੀ ਆਵਾਜ਼ ਹੈ ਇੰਡੀਆ ਦਾ ਜਿਹੜਾ ਵੀ ਸਟੈਂਡ ਹੁੰਦਾ ਉਹ ਬਹੁਤ ਅਹਿਮੀਅਤ ਰੱਖਦਾ ਹੈ ਦੁਨੀਆਂ ਲਈ ਕਿਉਂਕਿ ਇਹ ਅ ਲਾਰਜ ਨੰਬਰ ਆਫ ਕੰਟਰੀਜ਼ ਇਦਾਂ ਹੈ ਕਿ ਬਹੁਤ ਸਾਰੇ ਕੰਟਰੀਜ਼ ਦੇ ਡਿਪਲੋਮੈਟਸ ਨੂੰ ਯੂਨਾਈਟਿਡ ਨੇਸ਼ਨਸ ਵਿੱਚ ਇਹ ਇਨਸਟਰਕਸ਼ਨ ਦਿੰਦੇ ਨੇ ਕਿ ਜਿਹੜੀ ਵੀ ਪੋਜੀਸ਼ਨ ਇੰਡੀਆ ਦੀ ਹੈ ਉਹ ਪੋਜੀਸ਼ਨ ਤੁਸੀਂ ਲੈਣੀ ਹੈ ਅੱਛਾ ਜੀ ਤੁਹਾਨੂੰ ਜ਼ਰੂਰਤ ਹੀ ਨਹੀਂ ਹੈ ਕਿ ਤੁਸੀਂ ਸਾਨੂੰ ਪੁੱਛੋ ਕਿ ਅਸੀਂ ਇਸ ਮੁੱਦੇ ਦੇ ਉੱਪਰ ਕੀ ਪੋਜੀਸ਼ਨ ਲਈ ਹੈ ਵਾਓ ਕਿਨੇ ਤੁਸੀਂ ਇੰਡੀਆ ਤੋਂ ਆਪਣਾ ਇਸ਼ਾਰਾ ਲਾਓ ਔਰ ਜਿਹੜੇ ਪਾਸੇ ਇੰਡੀਆ ਵੋਟ ਕਰਦੀ ਓਥੇ ਤੁਸੀਂ ਵੋਟ ਕਰੋ ਔਰ ਸਾਨੂੰ ਖਾਲੀ ਤੁਸੀਂ ਇਨਫਾਰਮਡ ਰੱਖੋ ਹੂੰ ਜੋ ਇਦਾਂ ਦੀ ਬਹੁਤ ਸਾਰੀ ਕੰਟਰੀਜ਼ ਹਨ ਤਾਂ ਇੰਡੀਆ ਦੀ ਜਿਹੜੀ ਸਟੈਂਡਿੰਗ ਹੈ 글로ਬਲੀ ਆਫਰੀਕਾ ਵਿੱਚ ਔਰ ਏਸ਼ੀਆ ਵਿੱਚ ਔਰ ਸਾਊਥ ਏਸ਼ੀਆ ਹੋਇਆ ਸਾਊਥ-ਈਸਟ ਏਸ਼ੀਆ ਹੋਇਆ ਸੈਂਟਰਲ ਏਸ਼ੀਆ ਹੋਇਆ ਓਥੇ ਬਹੁਤ ਹੀ ਅੱਛੀ ਸਟੈਂਡਿੰਗ ਹੈ

which is uh, you know very difficult to resolve and for an organization which is already become ineffective like the united nations ਉਹਨਾਂ ਨੂੰ ਇਦਾਂ ਦੇ ਸਿਚੁਏਸ਼ਨ ਵਿੱਚ ਆ ਕੇ ਕੁਝ ਸੋਲੂਸ਼ਨ ਕੱਢਣਾ ਹੋਰ ਵੀ ਜ਼ਿਆਦਾ ਮੁਸ਼ਕਿਲ ਹੈ ਜੀ ਇਸ ਕਰਕੇ ਹੁਣ ਦੇਖੋ ਤੁਸੀਂ ਕੁਆਟਰਟ ਵਿੱਚ ਵੀ ਜਿਹੜੇ ਮੈਂਬਰਸ ਆ ਉਹ ਵੀ ਮੀਨਸ ਟਰਾਈ ਕਰ ਰਹੇ ਹੈ ਬਟ ਇੰਨਾ ਦਾ ਮੁਸ਼ਕਿਲ ਜਿਹੜਾ ਮੁੱਦਾ ਹੁੰਦਾ ਹੈ ਜਾਂ

ਤੇ ਉਹ ਥੋੜਾ ਘਟੋ ਜਾਏ ਥੋੜੇ ਜਿਹੋ ਉਹਨਾਂ ਦੇ ਉਹ ਜਿਹੜੀ ਟੈਰਿਟਰੀਜ਼ ਨੂੰ ਸੈਟਲਮੈਂਟਸ ਨਾਲ ਓਵਰਕਮ ਕਰਦੇ ਰਹਿੰਦੇ ਆ ਉਹ ਵੀ ਘਟੋਣਾ ਚਾਹੀਦਾ ਬਹੁਤ ਵਾਰੀ ਇਹਦਾ ਡਿਸਕਸ਼ਨ ਹੋਇਆ ਹੈ ਕਿ ਉਹਨ ਕੋਈ ਨਵਾਂ ਸੈਟਲਮੈਂਟ ਨਹੀਂ ਬਣੇਗਾ ਜੀ ਸਾਡੀ ਗੱਲਾ ਵੀ ਹੋਈ ਹੈ ਕਾਫੀ ਟਾਈਮ ਵਿਦ ਜਿਹੜੇ ਇਜ਼ਰਾਈਲ ਵਿੱਚ ਜੂਇਸ਼ ਲੀਡਰਸ ਹੈ Who are fighting for peace who say that yes the position of the world is correct that ਸਾਨੂੰ ਇਹ ਸੈਟਲਮੈਂਟਸ ਅਗੇ ਨਹੀਂ ਬੜਾਣੇ ਚਾਹੀਦੇ ਸਾਨੂੰ ਇਦਾਂ ਦੇ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਕਰਨੇ ਚਾਹੀਦੇ ਇਦਾਂ ਦੇ ਵੀ ਬਹੁਤ ਲੀਡਰਸ ਆ ਇਜ਼ਰਾਈਲ ਵਿੱਚ ਜੀ ਬਟ ਉਹਨਾਂ ਦੀ ਆਵਾਜ਼ ਉੱਠ ਕੇ ਬਾਹਰ ਆਣਾ ਇਨਾ ਇਤਨਾ ਆਸਾਨ ਨਹੀਂ ਹੈ ਆਫ ਕர்ஸ் ਉਹਨਾਂ ਦੀ ਉਹਨਾਂ ਨੂੰ ਜ਼ਿਆਦਾ ਪਲੈਟਫਾਰਮ ਮਿਲਣਾ ਗਲੋਬਲੀ ਉਹ ਵੀ ਬਹੁਤ ਜ਼ਰੂਰੀ ਹੈ ਜੀ ਕਿ ਲੋਕਾਂ ਨੂੰ ਪਤਾ ਚੱਲੇ ਕਿ ਇਜ਼ਰਾਈਲ ਦੇ ਅੰਦਰ ਵੀ ਇਤਾਂ ਦੀ ਬਹੁਤ ਆਵਾਜ਼ਾਂ ਹੈ ਜਿਹੜੀਆਂ ਕਹਿੰਦੀਆਂ ਕਿ ਟੂ ਸਟੇਜ ਸੋਲੂਸ਼ਨ ਇਜ਼ ਅ ਰਾਈਟ ਵੇ ਟੂ ਮੁਵ ਔਰ Israel nu no aur settlement nahi karne chahide na badhane chahide na violence karna chahida na human rights karna chahida etc ji ji i mean um, once again uh, i i think um, this is probably duniya di sab to complicated um you know situations um inn saala to chal di aa rahi hai te halle vi lagda hai ke am um, e da koi matlab easy answer nahi um, miluga any time soon but like you said ਹੋਪਫੁਲੀ ਐਟ ਲੀਸਟ ਸੀਸ ਫਾਇਰ ਹੋ ਸਕਦਾ ਹੈ ਅਮ ਅਨਫੋਰਚਨਟਲੀ ਲਾਸਟ ਟਾਈਮ ਜਦੋਂ ਇਹੋ ਜਿਹਾ ਵਾਇਲੈਂਸ ਸ਼ੁਰੂ ਹੋਇਆ ਸੀ 2 ਮਹੀਨੇ ਤੱਕ ਇਸ ਤਰ੍ਹਾਂ ਚੀਜ਼ਾਂ ਚੱਲੀਆਂ ਸੀ ਬਿਫੋਰ ਥਿੰਗਸ ਕਾਮ ਡਾਊਨ ਐਂਡ देयर वाज ਅ ਸੀਸ ਫਾਇਰ ਸੋ ਹੋਪਫੁਲੀ ਇਸ ਬਾਰੀ ਇੰਨਾ ਜ਼ਿਆਦਾ ਲੰਬੇ ਸਮੇਂ ਤੱਕ ਇਹ ਚੀਜ਼ ਨਹੀਂ ਚੱਲੂਗੀ ਤੇ ਦੇਖਦੇ ਹਾਂ ਕਿ ਕੀ ਡਿਪਲੋਮੇਸੀ ਦਾ ਰੋਲ ਹੁੰਦਾ ਹੈ ਇਨ ਸਾਰੀ ਚੀਜ਼ਾਂ ਦੇ ਵਿੱਚ ਆਮ ਗਲੈਡ ਯੂ ਸ਼ੇਅਰ ਦਿਸ ਪੀਸ ਆਫ ਇਨਫੋਰਮੇਸ਼ਨਸ ਆਰ ਨਾਲ ਅੰਬੈਸਡਰ ਕਪੂਰ ਕੇ इंडिया ਨੂੰ ਵੇਖ ਕੇ ਕਾਫੀ ਹੋਰ ਮੁਲਕ ਆਪਣਾ ਰਾਹ ਡਿਸਾਈਡ ਕਰਦੇ ਆ ਤੇ ਇੰਡੀਆ ਵੱਲੋਂ ਇਹ ਸਟੇਟਮੈਂਟ ਆਈ ਥਿੰਕ ਕਾਫੀ ਸਿਗਨੀਫੀਕੈਂਟ ਹੈ ਜੀ ਜੋ ਅੰਬੈਸਡਰ ਤਿਰੂ ਮੂਰਤੀ ਨੇ ਇਸ ਵੀਕਐਂਡ ਦਿੱਤੀ ਹੈ ਲੈਟਸ ਸੀ ਕਿ ਬਾਕੀ ਦੁਨੀਆ ਨੂੰ ਬਾਕੀ ਦੁਨੀਆ ਦੀ ਸਟੈਂਡਸ ਨੂੰ ਕਿਸ ਤਰ੍ਹਾਂ ਅਫੈਕਟ ਕਰਦੀ ਹੈ ਇਸ ਚੀਜ਼ ਨੂੰ ਲੈ ਕੇ ਵਾਂਸ ਅਗੇਨ ਅੰਬੈਸਡਰ ਪ੍ਰਦੀਪ ਕਪੂਰ ਜੀ ਥੈਂਕ ਯੂ so much for joining us it's always a pleasure to have you your experience or the insight ਹਮੇਸ਼ਾ ਸਾਨੂੰ ਇਨਲਾਈਟਨ ਕਰਦੀ ਹੈ ਥੈਂਕ ਯੂ ਫॉर ਜੁਆਇਨਿੰਗ ਅਸ ਜਰੂਰ ਫਿਰ ਆ ਕੇ ਸਾਡੇ ਨਾਲ ਜੁੜੋ ਬਟ ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ ਸਰ ਸਤਿ ਸ੍ਰੀ ਅਕਾਲ ਮੈਨੂੰ ਬਹੁਤ ਅੱਛਾ ਲੱਗਦਾ ਹੈ ਜਸ ਪੰਜਾਬੀ ਵਿੱਚ ਆਪਣੀ ਡਿਸਕਸ਼ਨਸ ਕਰਕੇ ਕਿਉਂਕਿ ਤੁਸੀਂ ਵੀ ਇੰਨੇ ਨੋਲੇਜੇਬਲ ਹੋ ਤੁਹਾਨੂੰ ਵੀ ਇੰਨਾ ਗਿਆਨ ਹੈ ਪਲੀਜ਼ ਆਮ ਵੈਰੀ ਹੈਪੀ ਵੈਰੀ ਪ੍ਰਾਊਡ ਐਂਡ ਇਟ ਇਜ਼ ਵੈਰੀ ਗੁੱਡ ਟੂ ਇੰਟਰੈਕਟ ਜਿਹੜੇ ਲਿਸਨਰ ਹੈ ਤੁਹਾਡੇ ਜਸ ਪੰਜਾਬੀ ਦੇ ਉਹਨਾਂ ਨਾਲ ਵੀ ਇੰਟਰੈਕਟ ਕਰਕੇ ਬਹੁਤ ਅੱਛਾ ਲੱਗਦਾ ਹੈ ਬਹੁਤ ਬਹੁਤ ਧੰਨਵਾਦ ਇਹ ਮੈਨੂੰ ਮੌਕਾ ਤੁਸੀਂ ਦਿੱਤਾ ਔਰ ਇਦਾਂ ਦੇ ਮੌਕੇ ਮੈਨੂੰ ਹੋਰ ਵੀ ਫਿਊਚਰ ਵਿੱਚ ਮਿਲਦੇ ਰਹਿਣ ਹੈ ਹੈ ਇਟ ਊ ਬੀ ਆਰ ਪਲੇਜ਼ਰ ਥੈਂਕ ਯੂ ਸਰ ਹੈਵ ਅ ਗੁੱਡ ਰੈਸਟ ਆਫ ਦਿ ਈਵਨਿੰਗ ਟੇਕ ਕੇਅਰ ਉਮ ਇਥੇ ਇੱਕ ਛੋਟੀ ਜੀ ਬ੍ਰੇਕ ਲਈ ਸਾਨੂੰ ਰੁਕਣਾ ਪੈ ਰੇ ਕਨਵਰਸੇਸ਼ਨ ਲੇਕਿਨ ਇਸ ਤਰ੍ਹਾਂ ਚੱਲ ਰਹੀਗੀ ਤੇ ਜੋ ਵਿਊਅਰਸ ਹੋਲਦੇ ਹੈ ਤੁਹਾਡੀ ਕਾਲ ਵੀ ਮੈਂ ਜਰੂਰ ਚੁੱਕਾਂਗੀ ਪਲੀਜ਼ ਥੋੜਾ ਜਿਹਾ ਹੋਰ ਵੇਟ ਕਰ ਲਓ ਮਿਲਦੇ ਹਾਂ ਮ੍ਰਿਤ ਉਸ ਬਾਅਦ ਬ੍ਰੇਕ ਤੋਂ ਬਾਅਦ ਸਾਰਾ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਦੀ ਆਨਗੋਇੰਗ ਐਸਕਲੇਟਿੰਗ ਵਾਇਲੈਂਸ ਜੋ ਕਿ ਮਿਡਲ ਈਸਟ ਦੇ ਵਿੱਚ ਹਲੇ ਵੀ ਚੱਲ ਰਿਹਾ ਹੈ ਦੂਜਾ ਹਫਤਾ ਹੋ ਗਿਆ ਹੈ ਆਮ ਹੰਡਰਡਸ ਡੈਡ ਕਾਫੀ ਬੱਚਿਆਂ ਦੀ ਵੀ ਜਾਨਾਂ ਗਈਆਂ ਆਈ ਮੀਨ ਅਗਰ ਤੁਸੀਂ ਮਾੜਾ ਮੋਟਾ ਸੋਸ਼ਲ ਮੀਡੀਆ ਤੇ ਵੇਖਦੇ ਹੋ ਜੋ ਇਮੇਜਸ ਜੋ ਵੀਡੀਓਜ਼ ਵੇਖਣ ਨੂੰ ਮਿਲ ਰਹੀਆਂ ਇਟਸ ਟੈਰੀਫਾਈਂਗ ਮਤਲਬ ਆਮ ਦਿਲ ਦੁਖਦਾ ਹੈ ਕਿ ਹਜੇ ਵੀ ਮਾਡਰਨ ਸੈਂਚਰੀ ਦੇ ਵਿੱਚ 2021 ਦੇ ਵਿੱਚ ਵੀ ਇਹੋ ਜੀ ਚੀਜ਼ਾਂ ਹੋ ਰਹੀਆਂ ਆਮ ਐਂਡ ਇਟ ਸੀਮਸ ਕਿ ਦੁਨੀਆ ਦੇ ਵੱਡੇ ਵੱਡੇ ਮੁਲਕ ਵੱਡੇ ਡਿਪਲੋਮੈਟਸ ਵੱਡੀ ਵੱਡੀ ਸੰਸਥਾਵਾਂ ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨਸ ਹਨ ਲਾਚਾਰ ਬੈਠੇ ਐ ਇਸ ਚੀਜ਼ ਨੂੰ ਰੋਕਣ ਲਈ ਆਮ ਸਰਨਾਲ ਐਮਬੈਸਡਰ ਜੁਰਿਸਨ ਇੰਡੀਆ ਦੇ ਫਾਰਮਰ ਐਮਬੈਸਡਰ ਜਿਨ੍ਹਾਂ ਨੇ ਸਾਨੂੰ ਥੋੜਾ ਜਿਹਾ ਦੱਸਿਆ ਕਿ ਇੰਡੀਆ ਨ ਇਜ਼ਰਾਈਲ ਦੀ ਕੀ ਰਿਲੇਸ਼ਨਸ਼ਿਪ ਰਹੀ ਐ ਜਦੋਂ ਇੰਡੀਆ ਦੇ ਪਰਮਨੈਂਟ ਰੈਪ੍ਰੈਜ਼ੈਂਟੇਟਿਵ ਨੇ ਯੂਨਾਈਟਿਡ ਨੇਸ਼ਨਸ ਦੇ ਇਸ ਵੀਕਐਂਡ ਦੇ ਸੈਸ਼ਨ ਦੇ ਵਿੱਚ ਕਿਹਾ ਕਿ ਅਸੀਂ ਪੈਲੇਸਟਿਨियन ਕੌਜ਼ ਨੂੰ ਸਪੋਰਟ ਕਰਦੇ ਹਾਂ ਬਟ ਪਿਛਲੇ ਕੁਝ ਸਾਲਾਂ ਦੇ ਵਿੱਚ ਸਾਨੂੰ ਪ੍ਰਾਈਮ ਮਿਨਿਸਟਰ ਮੋਦੀ ਤੇ ਪ੍ਰਾਈਮ ਮਿਨਿਸਟਰ ਨਾਇਨਯਾਹੂ ਇਜ਼ਰਾਈਲ ਦੇ ਜੋ ਪ੍ਰਾਈਮ ਮਿਨਿਸਟਰ ਹਨ ਉਹਨਾਂ ਦੀ ਵਕ-ਵਕ ਤਸਵੀਰਾਂ ਵੇਖਣ ਨੂੰ ਮਿਲੀਆਂ ਉਹਨਾਂ ਦੇ ਵਕ-ਵਕ ਗਰੋਇੰਗ ਕਲੋਜ਼ਨੈਸ ਉਹਨਾਂ ਦੇ ਸੰਬੰਧ ਜਿਸ ਤਰ੍ਹਾਂ ਬਰਥਡੇ ਉਹ ਵੇਖਣ ਨੂੰ ਮਿਲਿਆ ਸੋ ਇਹ ਚੀਜ਼ਾਂ ਇੱਕ ਦੂਜੇ ਦੇ ਨਾਲ ਕਿਸ ਤਰ੍ਹਾਂ ਲਾਈਨ ਅਪ ਕਰਦੀਆਂ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਉਹ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਰਾਜ ਬੋਲ ਰਹੀ ਹਾਂ ਜੀ ਸਤਿ ਸ਼੍ਰੀ ਮੈਂ ਕਹ ਰਿਹਾ ਕਿ ਬਹੁਤ ਜ਼ਿਆਦਾ ਕਿਸਮ ਦਾ ਜਨੋਸਾਈਡ ਕਹਿ ਸਕਦੇ ਹਾਂ ਜਿਸੇ ਇੰਨੀ ਟ੍ਰੈਜੇਡੀ ਹੋ ਰਹੀ ਹੈ ਤੇ ਜੇ ਮੈਨੂੰ ਹੰਧਿਆਰਾ ਰਹੇ ਕਿ ਜਿਸ ਤਰ੍ਹਾਂ ਹੁਣ ਵੋਲਟਾਜ ਸੈਂਟਰ ਦੇ ਵਿੱਚ ਉਹ ਬਿਲਡਿੰਗਾਂ ਦੋਨੋਂ ਹੀ ਇਸ ਤਰ੍ਹਾਂ ਗਰਾਈਆਂ ਗਈਆਂ ਸੀ ਉਹ ਟੈਰਰਿਸਟ ਨੇ ਟੈਰਰਿਸਟ ਨੇ ਗਰਾਈਆਂ ਗਈਆਂ ਸੀ ਇਹ ਜਿਹੜੀਆਂ ਹੁਣ ਇਜ਼ਰਾਈਲ ਨੇ ਗਰਾਈਆਂ ਇਹ ਇਹਨਾਂ ਨੂੰ ਫਿਰ ਕੀ ਕਹੋਗੇ ਤੁਸੀਂ ਜੇ ਉਹਨਾਂ ਨੂੰ ਟੈਰਰਿਸਟ ਕਹਿ ਸਕਦੇ ਹੋ ਜਿਨ੍ਹਾਂ ਨੇ ਵੋਲਟਾਜ ਸੈਂਟਰ ਗਰਾਇਆ ਸੀ ਇਨਰ ਦੀ ਸਿਚੁਏਸ਼ਨ ਕੀ ਕਹਿ ਸਕਦੇ ਤੁਸੀਂ ਇਸ ਤਰ੍ਹਾਂ ਉਹਦੇ ਵਿੱਚ ਇਨੋਸੈਂਟ ਕਿੰਨੇ ਚਾਰ ਚਾਰ ਬਿਲਡਿੰਗਾਂ ਦਿਖਾਈਆਂ ਚਾਰ ਬਿਲਡਿੰਗਾਂ ਬਿਲਕੁਲ ਤਬਾਹ ਕਰ ਦਿੱਤੀਆਂ ਜੀ ਜੀ ਬਿਲਕੁਲ ਇਹ ਇਹ ਤਾਂ ਬਿਲਕੁਲ ਵਰਲਡ ਬਿਲਕੁਲ ਇਨਾ ਸਾਇਲੈਂਟ ਆਪਣਾ ਮੋਦੀ ਬਿਲਕੁਲ ਸਾਇਲੈਂਟ ਹੈ ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ ਉਹ ਦੀ ਜਿਹੜੀ ਯੂਨਾਈਟਿਡ ਨੇਸ਼ਨ ਦੇ ਜਿਹਨ ਇੰਵੈਸਟਿਗੇਟਰ ਜਿਹੜਾ ਉਹਦੀ ਸਟੇਟਮੈਂਟ ਆਈ ਹੈ ਉਹ ਵੀ ਹੁਣ ਪਤ ਨਹੀਂ ਉਹਨੂੰ ਕਿਸ ਤਰ੍ਹਾਂ ਉਹਨੂੰ ਭੋਗਣੀ ਪੈਣੀ ਹੈ ਉਹਦੀ ਗੱਲ ਕਿਹੜੀ ਕਹਿਤੀ ਉਹਨੇ ਯਸ ਪਰ इंडिया ਦੀ ਪੋਜੀਸ਼ਨ ਪਹਿਲਾਂ ਪਾਲਿਸਟਾਈਨ ਦੇ ਨਾਲ ਸੀ ਹੁਣ ਮੋਦੀ ਦੇ ਘਰ ਆਉਣ ਦੇ ਨਾਲ ਕੁਝ ਇਹਨਾਂ ਨੇ ਪੋਜੀਸ਼ਨ ਆਪਣੀ ਚੇਂਜ ਕੀਤੀ ਹੈ ਤੇ ਬੜੀ ਵੱਡੀ ਸਟ੍ਰੈਟਜੀ ਹੈ ਜੇ ਸਾਰੇ ਮੁਲਕਾਂ ਨੂੰ ਇਕੱਠੇ ਹੋ ਕੇ ਇਸ ਚੀਜ਼ ਨੂੰ ਰੋਕਣਾ ਪਏਗਾ ਜੀ ਨਹੀਂ ਤੇ ਬਹੁਤ ਬਹੁਤ ਜ਼ਿਆਦਾ ਹੀ ਹੋਰ ਟ੍ਰੈਜੇਡੀ ਹੋ ਜਾਏਗੀ ਜੀ ਜੀ ਦਿਨ ਬਦਦੇ ਨੇ ਵਰਸ ਹੋ ਰਹੀ ਥੈਂਕ ਯੂ ਸੋ ਮਚ ਰਾਜੀ ਤੁਹਾਡੇ ਬਹੁਤ ਹੀ ਪੈਸ਼ਨੇਟ ਰਿਮਾਰਕਸ ਲਈ ਐਨ ਐਂਡ ਮੈਂ ਥੇ ਜਰੂਰ ਕਹਿਣਾ ਚਾਹਾਂਗੀ ਜਿਸ ਤਰ੍ਹਾਂ ਅੰਬੈਸਡਰ ਕਪੂਰ ਨੇ ਸਾਡੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਯੂ نو ਇਹੋ ਜੀ ਚੀਜ਼ਾਂ ਦੇ ਵਿੱਚ ਵੀ ਕਿਸੇ ਵੀ ਮੁਲਕ ਦੀ ਸਪੋਰਟ ਉਹਨਾਂ ਦੇ ਲਈ ਜਾਂਦੀ ਹੈ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਪਤਾ ਉਹਨਾਂ ਨੂੰ ਕੋਈ ਨਾ ਕੋਈ ਬੈਨੀਫਿਟ ਹੈ ਕੋਈ ਉਹਨਾਂ ਨੂੰ ਵਾਪਸ ਸਪੋਰਟ ਮਿਲ ਰਹੀ ਹੈ ਕਿ ਜਿੱਥੇ ਇੰਡੀਆ ਦਾ ਇਤਿਹਾਸ ਰਿਹਾ ਪੈਲੇਸਟਾਈਨ ਦੇ ਨਾਲ ਉਹਨਾਂ ਦੇ ਕੌਜ਼ ਨੂੰ ਸਪੋਰਟ ਕਰਦੇ ਹੋਏ ਕਜ਼ ਜਿਸ ਤਰ੍ਹਾਂ ਸਾਡੇ ਦੂਜੇ ਕਲੋਨੀ ਵੀ ਕਿਹਾ ਅਮ ਕਿ ਇੰਡੀਆ ਦੇ ਵੀ ਸਿਮਿਲਰ ਇੱਕ ਹਿਸਟਰੀ ਹੈ ਜਿੱਥੇ ਅੰਗਰੇਜ਼ ਬ੍ਰਿਟਿਸ਼ ਰੂਲ ਨੇ ਕਲੋਨਾਈਜ਼ ਕਰਕੇ ਉਹਨਾਂ ਨੂੰ ਕਿੰਨੀ ਬੇਸਬਰੀ ਦੇ ਨਾਲ ਵੰਡਤਾ ਤੇ ਉਹਦੇ ਕਨਸੀਕਵੈਂਸਸ ਅੱਜ ਸਾਨੂੰ ਜੇਲ੍ਹ ਨੇ ਪੈ ਰਿਆ ਭਾਵੇਂ ਤੁਸੀਂ ਪਾਰਟੀਸ਼ਨ ਦੀ ਗੱਲ ਕਰ ਲਓ ਕਸ਼ਮੀਰ ਦੀ ਗੱਲ ਕਰ ਲਓ ਪੰਜਾਬ ਦਾ ਕਿਸ ਤਰ੍ਹਾਂ ਵੰਡ ਹੋਇਆ ਉਹਦੀ ਗੱਲ ਕਰ ਲਓ ਤੇ ਇਸ ਏਰੀਆ ਦੇ ਵਿੱਚ ਵੀ ਬ੍ਰਿਟਿਸ਼ ਰਾਜ ਨੇ ਕੁਝ ਇਹੋ ਜੀ ਸਕੀਮ ਅਮ ਇੰਪਲੀਮੈਂਟ ਕੀਤੀ ਕਿ ਓਕੇ ਤੁਸੀਂ ਮੁਸਲਮਾਨ ਇੱਥੇ ਰਹਿ ਰਹੇ ਹੋ ਕੋਈ ਗੱਲ ਨਹੀਂ ਅਮ ਜੂਇਸ਼ ਸੈਟਲਰਸ ਨੂੰ ਥਾਂ ਦੀ ਲੋੜ ਹੈ ਉਹ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਲੈਂਡ ਹੈ ਆਮ ਉਹਨਾਂ ਧਰਮ ਕਹਿੰਦਾ ਕਿ ਉਹਨਾਂ ਨੂੰ ਥੋੜੀ ਜੀ ਥਾਂ ਇੱਥੇ ਦੇ ਦਿੰਦੇ ਆ ਤੇ ਉਹ ਚੀਜ਼ ਕਿੱਥੇ ਤੱਕ ਕਿੱਥੇ ਪਹੁੰਚ ਗਈ ਹੈ ਅੱਜ ਦੀ ਡੇਟ ਦੇ ਵਿੱਚ ਆਮ ਬਟ ਯੂਨਾਈਟਿਡ ਸਟੇਟਸ ਦੀ ਜਦੋਂ ਗੱਲ ਆਉਂਦੀ ਹੈ ਜਿਸ ਤਰ੍ਹਾਂ ਇੰਡੀਆ ਦੀ ਗੱਲ ਹੋ ਰਹੀ ਹੈ ਕਿ ਇੰਡੀਆ ਨੂੰ ਅਫੀਸ਼ੀਅਲ ਤੌਰ ਤੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਕੋਈ ਨਾ ਕੋਈ ਸਟੇਟਮੈਂਟ ਦੇਣੀ ਚਾਹੀਦੀ ਹੈ ਯੂਨਾਈਟਿਡ ਸਟੇਟਸ ਵੱਲੋਂ ਅੱਜ ਪ੍ਰਾਈਮ ਮਿਨਿਸਟਰ ਏਕਸਕਿਊਜ਼ ਮੀ ਪ੍ਰੈਜ਼ੀਡੈਂਟ ਬਾਈਡਨ ਦੀ ਸਟੇਟਮੈਂਟ ਆਈ ਆਮ ਜਦੇ ਵਿੱਚ ਉਹਨਾਂ ਨੇ ਇੱਕ ਬੜੀ ਫਿਰ ਇੱਕ ਕਾਫੀ ਕੰਟਰੋਵਰਸ਼ਲ ਲਾਈਨ ਆਮ ਦੁਹਰਾਈ ਕਿ ਇਜ਼ਰਾਈਲ ਨੂੰ ਰਾਈਟ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਰਾਈਟ ਬਿਕੋਜ਼ ਯੂਨਾਈਟਿਡ ਸਟੇਟਸ ਨੂੰ ਬਹੁਤ ਫਾਇਦਾ ਹੁੰਦਾ ਹੈ ਇਜ਼ਰਾਈਲ ਦੇ ਇਸ ਕੌਜ਼ ਦੇ ਨਾਲ ਇਸ ਵਾਰ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਯੂਨਾਈਟਿਡ ਨੇਸ਼ਨਜ਼ ਵਿੱਚ ਇੱਕ ਰੈਜ਼ੋਲੂਸ਼ਨ ਚੱਕਿਆ ਗਿਆ ਹੈ ਜੋ ਇੱਕ ਇਮੀਡੀਏਟ ਸੀਸ ਫਾਇਰ ਲਈ ਡਿਮਾਂਡ ਰੱਖਦਾ ਹੈ ਤੇ ਵੱਖ-ਵੱਖ ਮੁਲਕਾਂ ਨੇ ਉਸ ਰੈਜ਼ੋਲੂਸ਼ਨ ਨੂੰ ਸਾਈਨ ਕੀਤਾ ਹੈ ਯੂਨਾਈਟਿਡ ਸਟੇਟਸ ਨੇ ਉਸ ਰੈਜ਼ੋਲੂਸ਼ਨ ਨੂੰ ਨਹੀਂ ਸਾਈਨ ਕੀਤਾ ਅਮ ਇਹ ਚੀਜ਼ ਕਾਫੀ ਸੋਚਣ ਵਾਲੀ ਚੀਜ਼ ਹੈ ਕਿ ਯੂਨਾਈਟਿਡ ਸਟੇਟਸ ਨੇ ਕਿਉਂ ਸਾਈਨ ਨਹੀਂ ਕੀਤਾ ਇਹਦੇ ਨਾਲ ਕੋਈ ਸੰਬੰਧ ਕਿ ਯੂਨਾਈਟਿਡ ਸਟੇਟਸ ਕਿੰਨੇ ਵੱਡੇ ਲੈਵਲ ਤੇ ਇਜ਼ਰਾਈਲ ਨੂੰ ਮਿਲਟਰੀ ਸਪਲਾਈਜ਼ ਪ੍ਰੋਵਾਈਡ ਕਰਦਾ ਕਿੰਨਾ ਕੁ ਪੈਸਾ ਇਜ਼ਰਾਈਲ ਖਰਚਦਾ ਹੈ ਯੂਨਾਈਟਿਡ ਸਟੇਟਸ ਦੇ ਨਾਲ ਆਪਣੇ ਮਿਲਟਰੀ ਇਕਵਿਪਮੈਂਟ ਲਈ 인ਫਰਾਸਟ੍ਰਕਚਰ ਲਈ ਜਿਸ ਤਰ੍ਹਾਂ ਤੁਹਾਨੂੰ ਪਿਛਲੇ ਹਫਤੇ ਦੱਸ ਰਹੀ ਸੀ ਇੰਡੀਆ ਦੇ ਜੋ ਸਭ ਤੋਂ ਵੱਡਾ ਨਾ ਸ਼ਹਿਰ ਹੈ ਟਲ ਵਿਵ ਉਹਦੇ ਉੱਤੇ ਇੱਕ ਆਇਰਨ ਡੋਮ ਉਹਨਾਂ ਨੇ ਟੈਕਨੋਲੋਜੀ ਇੰਪਲੀਮੈਂਟ ਕੀਤੀ ਕਿ ਜਦੋਂ ਕੋਈ ਰਾਕਟਸ ਲਾਂਚ ਕੀਤੇ ਜਾਂਦੇ ਏਅਰ ਮਿਸਾਈਲਸ ਲਾਂਚ ਕੀਤੀਆਂ ਨੇ ਟੈਲ ਵਿਵ ਤੇ ਉਹ ਜੋ ਡੋਮ ਹੈਗਾ ਉਹ ਟੈਕਨੋਲੋਜੀ ਉਹਨਾਂ ਨੂੰ ਹਵਾ ਚ ਉਡਾ ਦਿੰਦੀ ਹੈ ਬਹੁਤ ਕੈਸ਼ੁਐਲਟੀਆਂ ਬਹੁਤ ਡੈਮੇਜ ਇਸ ਚੀਜ਼ ਕਰਕੇ ਨਹੀਂ ਹੋ ਰਿਹਾ ਇਸ ਵੇਲੇ ਟੈਲ ਵਿਵ ਦੇ ਵਿੱਚ ਤੇ ਉਹ ਟੈਕਨੋਲੋਜੀ ਯੂਨਾਈਟਿਡ ਸਟੇਟਸ ਨੇ ਇਜ਼ਰੀਅਲ ਨੂੰ ਦਿੱਤੀ ਸੋ ਸਾਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਯੂ نو ਜਦੋਂ ਸਪੋਰਟ ਕੋਈ ਮੁਲਕ ਜਾਂ ਕੋਈ ਵਰਲਡ ਲੀਡਰ ਕਿਸੇ ਵੀ ਕੌਜ਼ ਕਿਸੇ ਵੀ ਹੋਰ ਮੁਲਕ ਦੀ ਕਰਦਾ ਹੈ ਉਹਦਾ ਅਸਲ ਕਾਰਨ ਕੀ ਹੁੰਦਾ ਹੈ ਕਜ਼ ਕਲੀਅਰਲੀ ਇਹ ਕੋਈ ਸਿੰਪਲ ਜਿਹਾ ਇਕੁਏਸ਼ਨ ਨਹੀਂ ਹੈ ਕਿ ਉਹ ਕਰ ਰਿਹਾ ਹੈ ਗਲਤ ਸੋ ਆਪਾਂ ਉਹਨਾਂ ਦੇ ਖਿਲਾਫ ਖੜੇ ਹੋਵਾਂਗੇ ਉਹ ਕਰ ਰਿਹਾ ਹੈ ਸਹੀ ਤੇ ਉਹਨਾਂ ਦੇ ਨਾਲ ਆਪਾਂ ਖਲੋਣਾ ਹੈ ਬਿਕੋਜ਼ ਅਗਰ ਇੰਨੀ ਸਿੰਪਲ ਚੀਜ਼ ਹੁੰਦੀ ਤਾਂ ਸ਼ਾਇਦ ਅੱਜ ਸੀਜ਼ਫਾਇਰ ਹੋ ਚੁੱਕਿਆ ਹੁੰਦਾ ਸ਼ਾਇਦ ਅੱਜ ਯੂਨਾਈਟਿਡ ਸਟੇਟਸ ਹੋਰ ਸਟਰੋਂਗਲੀ ਕੰਡੈਮ ਕਰ ਰਿਹਾ ਹੁੰਦਾ ਇਜ਼ਰੀਲ ਦੇ ਐਕਸ਼ਨਸ ਨੂੰ ਸ਼ਾਇਦ ਪ੍ਰਾਈਮ ਮਿਨਿਸਟਰ ਮੋਦੀ ਦੀ ਕੋਈ ਇਸ ਚੀਜ਼ ਨੂੰ ਲੈ ਕੇ ਸਟੇਟਮੈਂਟ ਸੁਣਨ ਨੂੰ ਮਿਲਦੀ ਬਟ ਦੋਨੋਂ ਪਾਸਿਓਂ ਉਹ ਰਿਸਪੌਂਸ ਨਹੀਂ ਸੁਣਨ ਨੂੰ ਮਿਲ ਰਿਹਾ ਜੋ ਇੱਕ ਕਾਮਨ ਮੈਨ ਇੱਕ ਤੁਹਾਡੀ ਮਤਲਬ ਯੂ نو ਲੌਜਿਕ ਜਾਂ ਤੁਹਾਡੀ ਮੋਰਲ ਯੂ نو ਸੈਂਟੀਮੈਂਟਸ ਤੁਹਾਨੂੰ ਕਹਿਣਗੇ ਰਾਈਟ ਸੋ ਵਾਂਸ ਅਗੇਨ ਆਨਗੋਇੰਗ ਇਹ ਸਿਚੁਏਸ਼ਨ ਹੈਗੀ ਜਾਣਕਾਰੀ ਤੁਹਾਡੇ ਨਾਲ ਪ੍ਰੋਵਾਈਡ ਕਰਦੇ ਰਵਾਂਗੇ ਬਟ ਮੈਂ ਐਮਬੈਸਡਰ ਦੀ ਇੱਕ ਗੱਲ ਤੇ ਜ਼ਰੂਰ ਗੌਰ ਕਰਨਾ ਚਾਹੁੰਦੀ ਆ ਜੋ ਮੈਨੂੰ ਆਪ ਨੂੰ ਇਥੇ ਯੂਨਾਈਟਿਡ ਸਟੇਟਸ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵੇਖਣ ਨੂੰ ਮਿਲੀ ਇਹ ਬਿਲਕੁਲ ਗੱਲ ਸਹੀ ਨਹੀਂ ਹੈ ਕਿ ਹਰ ਇੱਕ ਜੂਇਸ਼ ਬੰਦਾ ਹਰ ਇੱਕ ਯਹੂਦੀ ਇਜ਼ਰੀਲ ਤੇ ਜੋ ਇਜ਼ਰੀਲ ਦਾ ਕਰੰਟ ਸੁਭਾਅ ਹੈ ਉਸ ਚੀਜ਼ ਨੂੰ ਸਪੋਰਟ ਕਰਦਾ ਹੈ ਕਾਫੀ ਯੰਗ ਜੂਇਸ਼ ਲੋਕੀ ਖਾਸ ਕਰਕੇ ਜੋ ਡਾਇਸਪੋਰਾ ਹੈ ਇਥੇ ਯੂਨਾਈਟਿਡ ਸਟੇਟਸ ਵਿੱਚ ਰਹਿੰਦਾ ਹੈ ਆਮ ਉਹ ਬਹੁਤ ਹੀ ਸਖਤੀ ਦੇ ਨਾਲ ਇਜ਼ਰੀਲ ਦੇ ਕਰੰਟ ਐਕਸ਼ਨਸ ਤੇ ਇਸ ਵਾਇਲੈਂਸ ਦਾ ਵਿਰੋਧ ਕਰ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਮੈਂ ਜੂਇਸ਼ ਹਾਂ ਲੇਕਿਨ ਮੈਂ ਇਸ ਵਾਇਲੈਂਸ ਦੇ ਬਿਲਕੁਲ ਖਿਲਾਫ ਹਾਂ ਮੈਂ ਜੂਇਸ਼ ਹਾਂ ਬਟ ਮੈਂ ਹਿਊਮਨ ਰਾਈਟਸ ਦੇ ਨਾਲ ਖਲੋ ਕੇ ਇਹ ਕਹਿ ਰਿਹਾ ਹਾਂ ਕਿ ਪੈਲੇਸਟਾਈਨੀਅਨਸ ਨੂੰ ਤੁਸੀਂ ਕਿਉਂ ਮਾਰ ਰਹੇ ਹੋ ਕਿ ਇਹ ਉਹਨਾਂ ਦਾ ਵੀ ਲੈਂਡ ਹੈ ਅਮ ਸੋ ਯੂ نو ਇਸ ਤਰ੍ਹਾਂ ਦੀ ਚੀਜ਼ ਵੇਖ ਕੇ ਬੰਦੇ ਨੂੰ ਥੋੜੀ ਇਨਸਾਨੀਅਤ ਦੇ ਵਿੱਚ ਇੱਕ ਬਾਰੀ ਫਿਰ ਅਮ ਤੁਹਾਡਾ ਹੋਸ ਹੌਸਲਾ ਵੜਦਾ ਰਾਈਟ ਅਮ ਬੜੇ ਨੇ ਕੇਸ ਇੱਥੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਤੁਸੀਂ ਜ਼ਰੂਰ ਮੈਨੂੰ ਲਿਖ ਸਕਦੇ ਹੋ info@justbroadcasting.com ashmitaa@justbroadcasting.com ਇਸ ਤਰ੍ਹਾਂ ਤੁਹਾਡੇ ਨਾਲ ਕੱਲ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ